ਐਵੇਂ ਚੱਲਦੇ ਚੱਲਦੇ ਸੁਣਾ ਦਿੰਦਾ ਗੱਲ। ਲਾਹੌਰ ਦੇ ਮੀਆਂ ਮੀਰ ਸੋਣੀ ਵਿੱਚੋਂ ਕੁਝ ਫੌਜੀ ਜਿਹੜੇ ਸਨ ਉਹ ਵੀ ਗਦਰੀਆਂ ਨਾਲ ਮਿਲੇ। ਜਦੋਂ ਗਦਰ ਫੇਲ ਹੋ ਗਿਆ ਤੇ ਉਹਨਾਂ ਫੌਜੀਆਂ ਦਾ ਵੀ ਪਤਾ ਲੱਗ ਗਿਆ ਤੇ ਉਹਨਾਂ ਤੇ ਮੁਕੱਦਮਾ ਚੱਲਿਆ। ਉਹਨਾਂ 12 ਬੰਦਿਆਂ ਨੂੰ ਫਾਂਸੀ ਦੀ ਸਜ਼ਾ ਦਾ ਐਲਾਨ ਹੋਇਆ। ਉਹਨਾਂ ਵਿੱਚੋਂ 11 ਸਿੱਖ ਸਨ ਤੇ ਇੱਕ ਮੁਸਲਮਾਨ ਸੀ ਅਬਦੁੱਲਾ ਨਾਹਲ। ਭਾਈ ਲਕਸ਼ਮਣ ਸਿੰਘ ਦਫੇਦਾਰ ਚੂਸਲੇ ਵੜਦਾ ਸੀਗਾ, ਉਹ ਉਹਨਾਂ ਦਾ ਆਗੂ ਸੀ ਤੇ ਪਤਾ ਲੱਗਾ ਕਿ ਭਾਈ ਅਬਦੁੱਲਾ ਨੂੰ ਵਾਅਦਾ ਮਾਫ ਗਵਾਹ ਬਣਾਉਣ ਵਾਸਤੇ CID ਵਾਲੇ ਤੇ ਪੁਲਿਸ ਵਾਲੇ ਜ਼ੋਰ ਲਾਉਣ ਡਏ ਨੇ ਤੇ ਭਾਈ ਲਕਸ਼ਮਣ ਸਿੰਘ ਨੇ ਕਿਹਾ, ਭਾਈ ਅਬਦੁੱਲਾ ਜੀ ਤੁਸੀਂ ਗਵਾਹੀ ਦੇਣੀ ਆ ਤੇ ਜੰਮ ਜੰਮ ਦੇ ਦਿਓ, ਆਪਣੀ ਜਾਨ ਬਚਾ ਲਓ, ਕੋਈ ਫਰਕ ਨਹੀਂ, ਸਾਨੂੰ ਤੇ ਫਾਹੇ ਲਾਉਣਾ ਹੀ ਲਾਉਣਾ ਇਹਨਾਂ ਨੇ, ਸਾਨੂੰ ਕੋਈ ਰਾਜ ਨਹੀਂ ਹੈਗਾ, ਤੁਸੀਂ ਆਪਣੀ ਜਾਨ ਬਚਾ ਸਕਦੇ ਹੋ ਤੇ ਬਚਾ ਲਓ। ਤੇ ਭਾਈ ਅਬਦੁੱਲਾ ਨੇ ਕਿਹਾ ਸੀ, ਸਰਦਾਰ ਲਕਸ਼ਮਣ ਸਿਆ ਇੰਨੀ ਗੱਲ ਆਖ ਕੇ ਤੂੰ ਮੇਰੇ ਨਾਲ ਬੜਾ ਧੱਕਾ ਕੀਤਾ, ਆਪਾਂ ਇਹ ਲੜਾਈ ਮੁਸਲਮਾਨਾਂ ਸਿੱਖਾਂ ਤੇ ਹਿੰਦੂਆਂ ਨੇ ਰਲ ਕੇ ਭਰਾਵਾਂ ਵਾਂਗ ਲੜੀ ਸੀ, ਮੁਹੱਬਤ ਨਾਲ ਲੜੀ ਸੀ ਤੇ ਅੱਜ ਜਦੋਂ ਆਖਰ ਵੇਲਾ ਆ ਗਿਆ ਤੇ ਹੁਣ ਮੈਨੂੰ ਆਪਣੇ ਕਲੇਜੇ ਨੂੰ ਲਾ ਕੇ ਦੂਰ ਤੇ ਨਾ ਕਰ ਆਪਣੇ ਭਰਾ ਨੂੰ। ਤੇ ਫਿਰ ਕਹਿੰਦੇ ਉਹਨੇ ਆ ਕੇ ਆਪਣੀ ਖਾਹਿਸ਼ ਇਹ ਦੱਸੀ, ਅੰਤਮ ਖਾਹਿਸ਼ ਜਿਹੜੀ, ਉਹਨੇ ਕਿਹਾ ਅਸੀਂ ਭਰਾਵਾਂ ਵਾਂਗ ਇਸ ਯੁੱਧ ਦੇ ਵਿੱਚ ਇਕੱਠੇ ਲੜੇ ਸਾਂ, ਇਕੱਠੇ ਫਾਂਸੀ ਦੇ ਤਖ਼ਤੇ ਤੇ ਭਰਾਵਾਂ ਵਾਂਗ ਚੜਾਂਗੇ ਤੇ ਮਰਨ ਤੋਂ ਬਾਅਦ, ਸ਼ਹੀਦ ਹੋਣ ਤੋਂ ਬਾਅਦ ਜੇ ਸਾਨੂੰ ਦਫਨਾਇਆ ਜਾਵੇ ਤੇ ਸਾਰਿਆਂ ਨੂੰ ਇਕੱਠਿਆਂ ਤੱਕ ਦਫਨਾਇਆ ਜਾਵੇ, ਜੇ ਸੰਸਕਾਰਿਆ ਜਾਵੇ ਤੇ ਇਕੱਠਾ ਸੰਸਕਾਰਿਆ ਜਾਵੇ, ਮੈਂ ਆਪਣੇ ਭਰਾਵਾਂ ਤੋਂ ਅੱਡ ਨਹੀਂ ਹੋਣਾ ਚਾਹੁੰਦਾ। ਮੈਂ ਤੁਹਾਨੂੰ ਇਸ ਕਰਕੇ ਦੱਸ ਰਿਹਾ ਗੱਲ ਕਿ ਇਹ ਸਾਂਝ ਸੀ, ਇਹ ਅਜ਼ਮਤ ਸੀ ਉਸ ਲਹਿਰ ਦੀ ਤੇ ਸਾਰੇ ਹਿੰਦੁਸਤਾਨ ਵਿੱਚੋਂ ਗਦਰ ਲਹਿਰ ਵਿੱਚੋਂ ਜਿਹੜੇ ਪਿੰਡ ਦੇ ਸਭ ਤੋਂ ਵੱਧ ਬੰਦੇ ਹੋਏ ਨੇ ਉਹ ਮੇਰੇ ਪਿੰਡ ਦੇ ਸੀ, ਸੁਰ ਸਿੰਘ ਦੇ ਸੀਗੇ। ਤੇ ਉਹ ਗਦਰੀ ਬਾਬਿਆਂ ਦਾ ਖੂਨ ਮੇਰੇ ਵਿੱਚ ਹੈ, ਕਿਉਂਕਿ ਮੇਰੇ ਸਕਿਆਂ ਵਿੱਚੋਂ ਵੀ ਸਾਡਾ ਇੱਕ ਬਜ਼ੁਰਗ ਜਿਹੜਾ ਸੀ ਉਹ ਫਾਂਸੀ ਲੱਗਾ ਸੀ ਔਰ ਇੱਕ ਨੂੰ ਕਾਲੇ ਪਾਣੀ ਦੀ ਸਜ਼ਾ ਹੋਈ ਸੀ, ਔਰ ਉਹ ਮੇਰੇ ਤੇ ਅਸਰ ਅੰਦਾਜ਼ ਨਹੀਂ ਹੋਇਆ, ਉਹ ਪਿੰਡ ਦੀ ਜਿਹੜੀ ਹੁੰਦੀ ਨਾ ਖਮੀਰ, ਪਿੰਡ ਦੀ ਮਿੱਟੀ, ਪਿੰਡ ਦੀ ਆਤਮਾ ਵਿੱਚ ਉਹ ਜਿਹੜਾ ਸੀ ਕਿ ਨਹੀਂ। ਸਾਡੇ ਨਾ ਕਮਿਊਨਿਸਟ ਲਹਿਰ ਦੇ ਵਿੱਚ ਸੀ, ਸਾਡੀ ਕਮਿਊਨਿਸਟ ਪਾਰਟੀ ਆਫ ਇੰਡੀਆ ਜਿਹੜੀ ਸੀਗੀ, ਬਾਅਦ ਵਿੱਚ 2 ਪਾਰਟੀਆਂ ਬਣ ਗਈਆਂ, ਫਿਰ 3 ਬਣ ਗਈਆਂ, ਹੋਰ 13 ਵੀ ਬਣ ਗਈਆਂ, ਚਲੋ ਵੱਖਰੀ ਗੱਲ ਹੈਗੀ ਆ। ਤੇ ਸੁਖਬੀਰ ਜੀ ਆਪਣਾ ਨਾ ਜਿੱਦਾਂ ਰਣਵੀਰ ਢਿੱਲੋਂ ਹੀ ਹੁੰਦੇ ਸਨ, ਇਸ ਤਰ੍ਹਾਂ ਜਿਹੜੀ ਪੈਰਾਮੈਡੀਕਲ ਦੀ ਜਿਹੜੀ ਸੰਸਥਾ ਸੀਗੀ ਉਹਦਾ ਸਟੇਟ ਦਾ ਜਨਰਲ ਸਕੱਤਰ ਸੀਗਾ ਅਜੀਤ ਢਿੱਲੋਂ, ਸਾਡੇ ਪਿੰਡ ਦਾ ਸੀਗਾ। ਤੇ ਉਹ ਮੁਲਾਜ਼ਮਾਂ ਦੀਆਂ ਮੰਗਾਂ ਵਾਸਤੇ ਇੱਕ ਵਾਰ ਮਰਨ ਵਰਤ ਰੱਖਿਆ ਤੇ ਅਜੀਤ ਢਿੱਲੋਂ ਨੇ ਮਰਨ ਵਰਤ ਦੇ ਉੱਤੇ ਬੈਠਾ, ਮੇਰੇ ਪਿੰਡ ਦਾ ਸੀਗਾ, ਤੇ ਉਹ ਪਤਾ ਲੱਗਾ ਵੀ ਇਹ ਮੁੰਡੇ ਨੇ ਰੱਖ ਲਿਆ ਮਰਨ ਵਰਤ ਪਿਓ ਦੇ ਨੂੰ। ਤੇ ਅਜੀਤ ਢਿੱਲੋਂ ਨੇ ਮੈਨੂੰ ਗੱਲ ਸੁਣਾਈ, ਕਹਿੰਦਾ ਮੈਂ ਨਾ ਸੰਧੂ ਸਾਹਿਬ ਮੈਂ ਸੋਚਿਆ ਵੀ ਜੇ ਮੈਂ ਮਰ ਗਿਆ ਤੇ ਕੀ ਬਣੂ ਮੇਰੇ ਬੁੱਢੇ ਪਿਓ ਦਾ, ਵੀ ਇਸ ਉਮਰ ਦੇ ਵਿੱਚ ਵੀ ਜਵਾਨ ਪੁੱਤ ਜੀ ਦਾ ਇਸ ਤਰ੍ਹਾਂ ਮਰ ਜਾਵੇ। ਤੇ ਉਹ ਕਹਿੰਦਾ ਮੈਂ ਬੜੇ ਨਾ
ਸਦਮੇ ਦੀ ਅਵਸਥਾ ਵਿੱਚ ਸੀ, ਭੈ ਦੀ ਅਵਸਥਾ ਸੀ, ਦਰਦ ਸੀ ਮੇਰੇ ਮਨ ਵਿੱਚ ਵੀ ਇੱਧਰ ਮੈਂ ਕੁਰਬਾਨ ਹੋ ਜਾਣਾ ਵਾ ਅਤੇ ਮੇਰੇ ਪਿਓ ਪਿੱਛੋਂ ਇਕੱਲਾ ਰਹਿ ਜਾਣਾ ਬਜ਼ੁਰਗ ਨੇ। ਅਤੇ ਉੱਧਰੋਂ ਪਿਓ ਪਿੰਡ ਦੇ ਪੰਜ ਸੱਤ ਬੰਦੇ ਲੈ ਕੇ ਅਤੇ ਪੁੱਤ ਦਾ ਪਤਾ ਸੁਰ ਕਰਨ ਵਾਸਤੇ ਗਿਆ ਵੀ ਚਲੋ ਪੁੱਤ ਨੂੰ ਮਿਲ ਕੇ ਆਉਂਦੇ ਆ। ਹਾਂ ਨਹੀਂ, ਅਤੇ ਜਦੋਂ ਗਿਆ ਅਤੇ ਗੱਲਾਂ ਬਾਤਾਂ ਕਰਦਾ ਹਾਲ ਚਾਲ ਪੁੱਛਿਆ ਪੁੱਤ ਨੂੰ, ਉਹ ਕਹਿੰਦਾ ਠੀਕ ਆ। ਆਦਾ ਠੀਕ ਹੈ ਸੱਚੀ ਬੀਜੀ ਠੀਕ ਆ। ਆਦਾ ਪਤਾ ਕਿਹੜੇ ਪਿੰਡ ਦਾ ਤੂੰ? ਓਏ ਸੁਰਮੇ ਦੇ ਸ਼ਹੀਦਾਂ ਦੇ ਪਿੰਡ ਦਾ ਤੂੰ? ਤੇ ਵੇਖੀ ਕੰਜਰਾ ਕਿਤੇ ਪਿੰਡ ਦੀ ਇੱਜ਼ਤ ਨੂੰ ਦਾਗ ਨਾ ਲੱਗ ਜਾਵੀ, ਮਰਨਾ ਪਊਗਾ ਤੇ ਮਰ ਜਾਵੀ ਬੇਸ਼ੱਕ। ਮੈਂ ਜਿਉਂਦਾ ਵਾ ਤੇਰੇ ਤਾਂ ਪ੍ਰਭੂ ਸਾਹਮਣ ਦੇ ਵਾਸਤੇ। ਮੈਂ ਦੱਸਦਾ ਪਿਆ ਕਿ ਇਹ ਸਾਰੇ ਮੇਰੇ ਅੰਦਰ ਜਿਉਂਦੇ ਸਨ, ਇਹ ਸਾਰੇ ਮੇਰੇ ਅੰਦਰ ਜਿਉਂਦੇ ਸਨ। ਮੇਰਾ ਪਿੰਡ ਜਿਉਂਦਾ ਸੀ, ਮੇਰਾ ਇਲਾਕਾ ਜਿਉਂਦਾ ਸੀਗਾ, ਮੇਰੇ ਪੁਰਖੇ ਜਿਉਂਦੇ ਸਨ, ਮੇਰੇ ਸਾਹਿਤਕ ਵਡੇਰੇ ਜਿਉਂਦੇ ਸਨ। ਇਸੇ ਕਰਕੇ ਜਦੋਂ ਨਕਸਲਵਾਦੀ ਲਹਿਰ ਉੱਠੀ ਤੇ ਉਹ ਇੱਕ ਜੋਸ਼ ਜਿਹੜਾ ਸੀਗਾ ਕਿ ਜ਼ਿੰਦਗੀ ਨੂੰ ਬਦਲਣਾ ਹੈ, ਜੋ ਕੁਛ ਹੈ ਇਹਨੂੰ ਇਸ ਤਰ੍ਹਾਂ ਨਹੀਂ ਰਹਿਣ ਦੇਣਾ, ਜਾਨ ਮਾਰਨੀ ਪਵੇ ਤੇ ਮਾਰਾਂਗੇ, ਕੋਈ ਪਰਵਾਹ ਨਹੀਂ ਹੈਗੀ। ਇਹ ਪਾਸ਼ ਦਰਸ਼ਨ ਖਟਕੜ, ਅਮਰਜੀਤ ਚੰਦਨ, ਹਰਭਜਨ ਹਲਵਾਰ ਵੀ ਸਾਰੇ ਅਸੀਂ ਇਕੱਠੇ ਹੁੰਦੇ ਸੀਗੇ। ਤੇ ਮੈਂ ਉਦੋਂ ਵੈਸੇ ਮੇਰਾ ਕਹਾਣੀ ਸੰਗ੍ਰਹਿ 1971 ਵਿੱਚ ਮੈਂ ਕਿਹਾ ਸੀ ਛਪਿਆ ਪਹਿਲਾ ਕਹਾਣੀ ਸੰਗ੍ਰਹਿ, ਪਰ 67-68 ਵਿੱਚ ਮੇਰੀ ਨਾ ਇੱਕ ਕਹਾਣੀਆਂ ਮੈਂ ਹੋਰ ਵੀ ਲਿਖੀਆਂ ਸੀਗੀਆਂ, ਪਹਿਲਾਂ ਹੋਰ ਥਾਵਾਂ 'ਤੇ ਵੀ ਛਪੀਆਂ, ਪਰ 67 ਜਾਂ 68 ਵਿੱਚ ਮੈਂ ਪੂਨਮ ਨੂੰ ਕਿਹਾ ਸੀ ਮੈਨੂੰ ਲੱਭ ਨਹੀਂ ਸਕੀ ਪਰਚਾ। ਮੈਂ ਮੇਰੀ ਜਿਹੜੀ ਪਹਿਲੀ ਕਹਾਣੀ ਛਪੀ ਪ੍ਰੀਤਲੜੀ ਵਿੱਚ, ਪ੍ਰੀਤਲੜੀ ਵਿੱਚ ਮੈਂ ਤਾਂ ਕਰਕੇ ਤੁਹਾਨੂੰ ਇਸ ਗੱਲ 'ਤੇ ਜ਼ੋਰ ਦੇ ਰਿਹਾ ਕਿ ਉਹਨਾਂ ਸਮਿਆਂ ਵਿੱਚ ਜਿਹੜਾ ਬੰਦਾ ਪ੍ਰੀਤਲੜੀ ਵਿੱਚ ਛਪ ਜਾਂਦਾ ਸੀ ਉਹਦਾ ਮਤਲਬ ਸੀ ਕਿ ਉਹ ਲੇਖਕ ਬਣ ਗਿਆ। ਮੇਰੀ ਕਹਾਣੀ ਪ੍ਰੀਤਲੜੀ ਵਿੱਚ ਛਪਣ ਦਾ ਮਤਲਬ ਸੀ ਕਿ ਮੈਂ ਹੁਣ ਕਹਾਣੀਕਾਰ ਬਣ ਗਿਆ। ਤਾਂ ਮੈਂ ਪਹਿਲਾਂ ਕਹਾਣੀ ਸੰਗ੍ਰਹਿ ਲਿਖਿਆ, ਪਰ ਉਸ ਵੇਲੇ ਸਾਡੇ ਮਨ ਦੇ ਵਿੱਚ ਇਹ ਸੀ ਕਿ ਅਸੀਂ ਇਨਕਲਾਬ ਲੈ ਕੇ ਆਉਣਾ ਆ। ਤੇ ਜਿਵੇਂ ਹੁੰਦਾ ਨਾ ਪੁਰਾਣਿਆਂ ਵੇਲਿਆਂ ਦੇ ਵਿੱਚ ਵੀ ਜਿਵੇਂ ਕੋਈ ਰਾਤ ਕਿਸੇ ਨੇ ਕਹਿ ਤਾ ਵੀ ਉਹ ਲੱਗਦਾ ਉਹ ਚੋਰ ਆ ਗਿਆ ਕੋਈ, ਤੇ ਸਾਰਾ ਪਿੰਡ ਜਿਹੜਾ ਸੀ ਮਗਰ ਭੱਜ ਉੱਠਦਾ ਸੀ, ਕੋਈ ਡੰਡਾ ਲੈ ਕੇ, ਕੋਈ ਡਾਂਗ ਲੈ ਕੇ, ਕੋਈ ਕਿਰਪਾਨ ਲੈ ਕੇ। ਤਾਂ ਸਾਨੂੰ ਵੀ ਇਹ ਲੱਗਦਾ ਸੀ ਵੀ ਇਨਕਲਾਬ ਭੱਜਿਆ ਜਾਂਦਾ ਇਹਨੂੰ ਕਿ ਨਹੀਂ, ਭੱਜ ਕੇ ਫੜ ਲੈਣਾ, ਜਾਣ ਨੀ ਗਾ ਦੇਣਾ ਕਿਤੇ। ਤੇ ਅਸੀਂ ਸਾਹਿਤ ਨੂੰ ਵੀ ਡਾਂਗ ਹੀ ਸਮਝਦੇ ਸੀਗੇ ਵੀ ਸਾਡੇ ਵਾਸਤੇ ਲਿਟਰੇਚਰ ਜਿਹੜਾ ਕਿ ਨਹੀਂ ਉਹ ਕਲਾ ਨਾਲੋਂ ਵੱਧ ਸਿਆਸੀ ਤਬਦੀਲੀ ਦਾ ਹਥਿਆਰ ਬਣਾ ਕੇ ਅਸੀਂ ਉਹਨੂੰ ਵਰਤਦੇ ਸੀਗੇ। ਤੇ ਮੇਰੀਆਂ ਜਿਹੜੀਆਂ ਉਸ ਦੌਰ ਦੀਆਂ ਲੋਹੇ ਦੇ ਹੱਥ ਦੀਆਂ ਕਹਾਣੀਆਂ ਸਨ, ਲੋਹੇ ਦੇ ਹੱਥ ਤੋਂ ਹੀ ਤੁਸੀਂ ਨਾਂ ਲਾ ਸਕਦੇ ਹੁੰਦੇ ਹੋ, ਲੋਹੇ ਦੇ ਹੱਥ। ਜਦੋਂ ਮੇਰਾ ਜਦੋਂ ਮੇਰੀ ਘਰਵਾਲੀ ਦੇ ਨਾਲ ਜਦੋਂ ਸ਼ੁਰੂ ਹੋਈ ਗੱਲਬਾਤ ਤੇ ਮੇਰੀ ਕਿਤਾਬ ਛਪ ਚੁੱਕੀ ਸੀ ਤੇ ਮੈਂ ਇਹਨੂੰ ਕਿਤਾਬ ਭੇਜੀ, ਮੈਂ ਕਿਹਾ ਜੇ ਮੇਰੇ ਨਾਲ ਵਿਆਹ ਕਰਾਉਣਾ ਹੀ ਤੇ ਖਤਰਾ ਇਸ ਗੱਲ ਦਾ ਹੈਗਾ ਵੀ ਕੱਲ ਨੂੰ ਮੁੜ ਕੇ ਰੋਂਦੀ ਫਿਰੇਗੀ, ਵੇਖ ਲੈ ਚੰਗੀ ਤਰ੍ਹਾਂ ਹੈਂ ਹੱਥਾਂ ਆਪਣਿਆਂ ਨੂੰ ਮੇਰਿਆਂ ਨੂੰ ਵੀ ਏਦਾਂ ਦੇ ਹੈਗਾ ਮੈਂ ਹੈਂ। ਤੋ ਉਹਨਾਂ ਕੁਝ ਕਹਾਣੀਆਂ ਵਿੱਚ, ਸਾਰੀਆਂ 'ਚ ਨਹੀਂ, ਕੁਝ ਕਹਾਣੀਆਂ ਵਿੱਚ ਸਿਆਸੀ ਸੁਨੇਹਾ ਅੱਗੇ ਆ ਜਾਂਦਾ ਸੀ, ਕਲਾ ਪਿੱਛੇ ਰਹਿ ਜਾਂਦੀ ਸੀ, ਕਲਾ ਪਿੱਛੇ ਰਹਿ ਜਾਂਦੀ ਸੀ। ਤੇ ਮੈਨੂੰ ਕੁਲਵੰਤ ਸਿੰਘ ਵਿਰਕ ਦੀ ਗੱਲ ਚੇਤੇ ਆਉਂਦੀ ਹੈ, ਉਹਨੇ ਕਿਹਾ ਸੀ ਕਿ ਸਾਹਿਤ ਤੋਂ
ਪ੍ਰਚਾਰ ਦਾ ਕੰਮ ਲੈਣਾ ਇਸ ਤਰ੍ਹਾਂ ਹੈ ਜਿਵੇਂ ਕੋਈ ਹਵਾਈ ਜਹਾਜ ਅੱਗੇ ਧੱਗੇ ਜੋ ਕੇ ਉਹਨੂੰ ਤੂੜੀ ਢੋਣ ਲਈ ਵਰਤੇ। ਪ੍ਰਚਾਰ ਦਾ ਕੰਮ ਲੈਣਾ ਇਸ ਤਰ੍ਹਾਂ ਹੈ ਜਿਵੇਂ ਕੋਈ ਹਵਾਈ ਜਹਾਜ ਅੱਗੇ ਧੱਗੇ ਜੋ ਕੇ ਉਹਨੂੰ ਤੂੜੀ ਢੋਣ ਲਈ ਵਰਤੇ। ਤਾਂ ਮੈਂ ਸੋਚਿਆ ਵੀ ਨਹੀਂ, ਮੈਂ ਹੁਣ ਤੂੜੀ ਨਹੀਂ ਢੋਣੀ ਹਵਾਈ ਜਹਾਜ ਦੇ ਅੱਗੇ, ਮੈਂ ਇਹਨੂੰ ਹਵਾਈ ਜਹਾਜ ਹੀ ਬਣਾਉਣਾ ਆ ਤੇ ਹਵਾਈ ਜਹਾਜ ਹੀ ਬਣਾ ਕੇ ਉਡਾਉਣਾ ਆ। ਤੇ ਫਿਰ ਕੁਝ ਸਮੇਂ ਬਾਅਦ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਮੈਂ ਇੱਕ ਖਿਆਲੀ ਇਨਕਲਾਬ ਜਿਹੜਾ ਹੈ ਕਿ ਨਹੀਂ ਉਹਨੂੰ ਜਿਹੜਾ ਰੋਮਾਂਟਿਸਾਈਜ਼ ਅਸੀਂ ਕਰ ਲੈਂਦੇ ਹਾਂ ਵੀ ਆਹ ਆ ਗਿਆ ਆਹ ਆ ਗਿਆ ਆ ਗਿਆ, ਜ਼ਿੰਦਗੀ ਦੀ ਹਕੀਕਤ ਕੁਝ ਹੋਰ ਆ, ਰੋਮਾਂਚਕ ਗੱਲ ਕੋਈ ਹੋਰ ਆ। ਤੁਸੀਂ ਜ਼ਿੰਦਗੀ ਉਹ ਇੱਕ ਹੋਰ ਲਾਈਟ ਵੇਨ ਦੀ ਗੱਲ, ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਬੇਅੰਤ ਸਿੰਘ ਹੁੰਦੇ ਸੀ ਜਿਹੜੇ ਜਿਹਨਾਂ ਨੂੰ ਕਤਲ ਕਰ ਦਿੱਤਾ ਗਿਆ ਸੀਗਾ 84 ਦੇ ਦੌਰ ਦੇ ਵਿੱਚ, ਉਹ ਕਾਲੀਆਂ ਐਨਕਾਂ ਲਾਉਂਦੇ ਹੁੰਦੇ ਸੀ ਸਦਾ ਹੀ, ਕਾਲੀਆਂ ਅੱਖਾਂ ਤਾਂ ਠੀਕ ਸੀ ਵੈਸੇ ਉਹਨਾਂ ਦੀਆਂ ਪਰ ਨਜ਼ਰ ਠੀਕ ਸੀ, ਪਤਾ ਨਹੀਂ ਕਿਉਂ ਲਾਉਂਦੇ ਸੀਗੇ। ਤੋ ਉਦੋਂ ਵੀ ਪਹਿਲਾਂ ਨਾ ਕੁਝ ਸਾਲ ਕਿਸੇ ਹੋਰ ਸਰਕਾਰ ਦੇ ਵਿੱਚ ਉਹ PWD ਮਿਨਿਸਟਰ ਸਨ ਤੇ ਅਸੈਂਬਲੀ ਵਿੱਚ ਬਹਿਸ ਚੱਲਦੀ ਪਈ ਆ ਤੇ ਕਾਮਰੇਡ ਸਾਡਾ ਮੈਂਬਰ ਅਸੈਂਬਲੀ ਦਾ, ਉਦੋਂ ਕਾਮਰੇਡ ਵੀ ਕਦੀ ਕਦੀ ਚੁਣੇ ਜਾਂਦੇ ਹੁੰਦੇ ਸੀਗੇ, ਤੇ ਉਹ ਕਹਿੰਦਾ ਜੀ ਪੰਜਾਬ ਦੀਆਂ ਸੜਕਾਂ ਦਾ ਬਹੁਤ ਬੁਰਾ ਹਾਲ ਹੈ, ਜਿੱਧਰ ਜਾਓ ਸੜਕਾਂ ਟੁੱਟੀਆਂ ਹੋਈਆਂ ਨੇ, ਕਿਤੇ ਲੁਕਣੀ ਪਈ ਹੋਈ। ਉਹਨੇ ਆਪਣਾ ਪੂਰਾ ਇਤਰਾਜ਼ ਦਰਜ ਕਰਵਾਇਆ ਤੇ ਜਦੋਂ ਮਿਨਿਸਟਰ ਸਾਹਿਬ ਨੇ ਜਵਾਬ ਦੇਣਾ ਸੀ ਤੇ ਉਹ ਕਹਿੰਦੇ ਨੇ ਮੇਰੇ ਮਾਣਯੋਗ ਮੈਂਬਰ ਕਾਮਰੇਡ ਫਲਾਣਾ ਜੀ ਨੇ ਇਹ ਇਤਰਾਜ਼ ਕੀਤਾ ਹੈ ਕਿ ਪੰਜਾਬ ਦੀਆਂ ਸੜਕਾਂ ਉੱਤੇ ਲੁੱਕ ਨਹੀਂ ਪਈ ਹੋਈ। ਮੈਂ ਤਾਂ ਹੁਣੇ ਸਵੇਰੇ ਪਟਿਆਲੇ ਤੋਂ ਚੰਡੀਗੜ੍ਹ ਆ ਰਿਹਾ ਸੀ ਤੇ ਮੈਂ ਦੇਖਿਆ ਸਾਰੀ ਸੜਕ ਦੇ ਉੱਤੇ ਲੁੱਕ ਪਈ ਹੋਈ ਹੈ। ਤੋ ਕਾਮਰੇਡ ਹੋਣੀ ਕਹਿੰਦੇ ਆ ਕਾਮਰੇਡ ਜੀ ਸਰਦਾਰ ਬੇਅੰਤ ਸਿੰਘ ਜੀ ਜਿਹੜੀਆਂ ਐਨਕਾਂ ਲਾ ਕੇ ਤੁਸੀਂ ਵੇਖਦੇ ਜੇ ਨਾ ਉਸ ਹਿਸਾਬ ਨਾਲ ਸਾਰੇ ਪੰਜਾਬ ਦੀਆਂ ਸੜਕਾਂ ਤੇ ਲੁੱਕ ਪਈ ਹੋਈ ਜੇ, ਪਰ ਹਕੀਕਤ ਵਿੱਚ ਲੁੱਕ ਨਹੀਂ ਜੇ ਪਈ ਹੋਈ। ਤੋ ਜੇ ਤੁਸੀਂ ਕਾਲੇ ਰੰਗ ਦੀ ਐਨਕ ਲਾ ਕੇ ਵੇਖੋਗੇ ਤੇ ਲੁੱਕ ਪਈ ਦਿਸੂਗੀ, ਪਰ ਜੇ ਨੰਗੀਆਂ ਅੱਖਾਂ ਵੇਖੋ ਲੁੱਕ ਨਹੀਂ ਪਈ ਹੋਈ। ਤੇ ਮੈਂ ਵੀ ਆਪਣੀਆਂ ਲਾਲ ਰੰਗ ਦੀਆਂ ਐਨਕਾਂ ਲਾ ਕੇ ਜਦੋਂ ਹਕੀਕਤ ਨੂੰ ਵੇਖਿਆ ਧੁੱਪ ਚ ਦੇਖਿਆ ਜਦੋਂ ਤੇ ਫਿਰ ਮੈਨੂੰ ਪਤਾ ਲੱਗਾ ਕਿ ਲਾਲ ਐਨਕ ਲਾ ਕੇ ਜਿਹੜਾ ਹਕੀਕਤ ਨੂੰ ਅਸੀਂ ਦੇਖਦੇ ਹਾਂ ਉਹ ਹਕੀਕਤ ਉਹ ਨਹੀਂ, ਨੰਗੀਆਂ ਅੱਖਾਂ ਨਾਲ ਵੇਖਣ ਵਾਲੀ ਹਕੀਕਤ ਹੋਰ ਹੈ। ਤੇ ਹੈਗਾ ਜੀ ਮੈਂ ਸਕਿਰਤੀ ਨਕਸਲੀਆਂ ਦੇ ਨਾਲ ਹੀ ਸੀਗਾ ਤੇ ਹਰ ਪਾਰਟੀ ਦਾ ਇੱਕ ਵੱਖਰੇ ਵੱਖਰੇ ਸੈੱਲ ਹੁੰਦੇ ਨੇ ਬਣਾਏ ਹੋਏ, ਤੇ ਇੱਕ ਲਿਟਰੇਰੀ ਸੈੱਲ ਵੀ ਸੀਗਾ। ਹਾਂ ਉਸ ਲਿਟਰੇਰੀ ਸੈੱਲ ਦੇ ਵਿੱਚ ਮੈਂ ਸੀ, ਪਾਸ਼ ਸੀ, ਹਰਭਜਨ ਹਲਵਾਰ ਵੀ ਸੀ, ਇਸ ਤਰ੍ਹਾਂ ਕੁਝ ਹੋਰ ਸਾਡੇ ਦੋਸਤ ਸਨ। ਅਸੀਂ ਮਹੀਨੇ ਕੁ ਬਾਅਦ ਵੱਖ ਵੱਖ ਸ਼ਹਿਰਾਂ 'ਚ ਵੱਖ ਵੱਖ ਕਿਸੇ ਥਾਵਾਂ 'ਤੇ ਮੀਟਿੰਗਾਂ ਕਰਦੇ ਸੀ ਅਤੇ ਉਸ ਵੇਲੇ ਦਾ ਜਿਹੜਾ ਲਿਟਰੇਚਰ ਲਿਖਿਆ ਜਾ ਰਿਹਾ ਹੁੰਦਾ ਸੀ ਉਹਦੇ ਬਾਰੇ ਗੱਲ ਕਰਨੀ ਜਾਂ ਹੋਰ ਲਿਟਰੇਰੀ ਮਸਲਿਆਂ ਬਾਰੇ ਗੱਲਬਾਤ ਕਰਨੀ, ਤੇ ਮੈਂ ਉਹਨਾਂ ਦੇ ਨਾਲ ਵੀ ਇੱਕ ਕਹਾਣੀ ਲਿਖੀ ਅਸਲੀ ਤੇ ਵੱਡੀ ਹੀਰ।
ਪੁਰਾਣੇ ਛਾਪੇ ਖਾਨੇ ਵਿੱਚ ਅਸਲੀ ਤੇ ਵੱਡੀ ਹੀਰ ਤੁਸੀਂ ਜਾਣਦੇ ਹੋ ਕਿ ਹੀਰਾਂ ਦੇ ਉੱਤੇ ਲਿਖਿਆ ਹੁੰਦਾ ਸੀ ਆਪਣੀ ਪਬਲਿਸ਼ਰ ਮਸ਼ਹੂਰੀ ਕਰਨ ਵਾਸਤੇ ਅਸਲੀ ਤੇ ਵੱਡੀ ਹੀਰ ਤਸਵੀਰਾਂ ਸਮੇਤ ਤੇ ਇਹ ਸਾਡੀ ਛਾਪੀ ਹੋਈ ਹੀਰ ਜਿਹੜੀ ਆ ਨਾ ਉਹ ਅਸਲੀ ਤੇ ਵੱਡੀ ਹੈ। ਹੁਣ ਕਹਾਣੀ ਮੇਰੀ ਜਿਹੜੀ ਨਾ ਜੇ ਕਿਤੇ ਪੜ੍ਹੋਗੇ ਤੇ ਫਿਰ ਤੁਹਾਨੂੰ ਉਹਦੀਆਂ ਬਰੀਕੀਆਂ ਸਮਝ ਆਉਣਗੀਆਂ ਅਸਲੀ ਤੇ ਵੱਡੀ ਹੀਰ। ਮੈਂ ਉਹ ਕਹਾਣੀ ਸਟਾਇਰ ਸੀਗਾ ਮੇਰੇ ਕਰੈਕਟਰ ਗੱਲਾਂ ਕਰਦੇ ਨੇ ਆਪਸ ਵਿੱਚ ਵੀ ਸਾਡੇ ਕਮਿਊਨਿਸਟ ਵੀ ਜਿਹੜੇ ਹੈ ਕਿ ਨਹੀਂ ਉਹ ਵੀ ਅਸਲੀ ਤੇ ਵੱਡੀ ਹੀਰ ਵਾਂਗੂ ਸਾਰੇ ਕਹਿੰਦੇ ਕਿ ਸਾਡੀ ਪਾਰਟੀ ਅਸਲੀ ਤੇ ਵੱਡੀ ਪਾਰਟੀ ਆ ਠੀਕ ਹੈ ਨਾ ਹੈ। ਤੇ ਦੂਜਾ ਕਹਿੰਦਾ ਗੱਲ ਤੇਰੀ ਠੀਕ ਹੈ ਕਹਿੰਦਾ ਇਹ ਮੈਨੂੰ ਤਾਂ ਸਮਝ ਨਹੀਂ ਲੱਗਦੀ ਸਾਡੇ ਕਾਮਰੇਡਾਂ ਦੀ ਕਿਉਂਕਿ ਜਿਹੜੇ ਸੀ ਪੀ ਆਈ ਵਾਲੇ ਸਨ ਉਹ ਸੀਗੇ ਰੂਸ ਪੱਖੀ ਜਿਹੜੇ ਸੀ ਪੀ ਐਮ ਦੇ ਨਕਸਲੀ ਸਨ ਇਹ ਚੀਨ ਪੱਖੀ ਸਨ। ਉਹ ਕਹਿੰਦਾ ਇਹ ਸਾਡੇ ਕਮਿਊਨਿਸਟਾਂ ਦੀ ਸਮਝ ਨਹੀਂ ਲੱਗਦੀ ਇਹ ਕੋਈ ਰੂਸ ਪੱਖੀ ਆ ਕੋਈ ਚੀਨ ਪੱਖੀ ਆ ਯਾਰ ਲੋਕ ਪੱਖੀ ਕਿਉਂ ਨਹੀਂ ਹੈਗੇ ਠੀਕ ਹੈ ਨਾ ਲੋਕ ਪੱਖੀ ਕਿਉਂ ਨਹੀਂ ਹੈਗੇ। ਖੈਰ ਉਹ ਹੋਰ ਵੀ ਇਹਦੇ ਵਿੱਚ ਹੈਗੇ ਆ ਜੇ ਤੁਸੀਂ ਦੇਖੋਗੇ ਜੇ ਅੱਲਾ ਪਾਕ ਪਰਵਰਤਗਾਰ ਤੁਹਾਨੂੰ ਇਹ ਸਮਰੱਥਾ ਦੇਵੇ 200 ਰੁਪਈਆ ਖਰਚਣ ਦੀ ਤੇ ਤੁਸੀਂ ਇਹਨਾਂ ਦੇ ਕੋਲੋਂ ਲੈ ਕੇ ਕਿਤਾਬ ਪੜ੍ਹਦੇ ਹੋ ਤੇ ਜਦੋਂ ਮੇਰੀ ਕਹਾਣੀ ਛਪੀ ਨਾਲ ਤੇ ਉਹ ਆਪਣੀ ਲਿਟਰੇਰੀ ਸੈਲ 'ਚ ਪੜ੍ਹੀ ਤੇ ਸਾਰਿਆਂ ਨੇ ਬੜੀ ਇੰਜੋਏ ਕੀਤੀ ਕਮਾਲ ਦਾ ਸਟੈਰ ਆ ਜੀ ਕਮਿਊਨਿਸਟ ਲਹਿਰ ਦੇ ਉੱਤੇ ਕਮਾਲ ਦਾ ਸਟੈਰ ਆ ਜੀ। ਇੱਕ ਨੇ ਬੜਾ ਗੰਭੀਰ ਜਿਹਾ ਮੂੰਹ ਬਣਾਇਆ ਹੋਇਆ ਉਹ ਕਹਿੰਦਾ ਸਟੈਰ ਤਾਂ ਬਹੁਤ ਵਧੀਆ ਪਰ ਇੱਕ ਗੱਲ ਧਿਆਨ ਨਾਲ ਸੁਣੀ ਨਹੀਂ ਤੁਸੀਂ ਕਹਾਣੀ 'ਚੋਂ ਉਹਦੇ ਕੀ ਕਹਿੰਦਾ ਇਹ ਕਹਿੰਦਾ ਰੂਸ ਪੱਖੀ ਇੱਕ ਚੀਨ ਪੱਖੀ ਤੇ ਲੋਕ ਪੱਖੀ ਕਿਉਂ ਨਹੀਂ ਕਹਿੰਦਾ ਤਾਂ ਰੂਸ ਪੱਖੀ ਵਾਲੀ ਗੱਲ ਤੇ ਠੀਕ ਆ ਹਾਂ ਰੂਸ ਪੱਖੀ ਵਾਲੀ ਗੱਲ ਤੇ ਠੀਕ ਆ ਪਰ ਚੀਨ ਪੱਖੀ ਵਾਲੀ ਗੱਲ ਤੇ ਆਪਣੇ ਆਪ ਤੇ ਅਟੈਕ ਹੋ ਗਿਆ ਫਿਰ ਇਹ ਤੇ ਆਪਣੇ ਆਪ ਤੇ ਅਟੈਕ ਹੋ ਗਿਆ ਤੇ ਉਹ ਮੈਂ ਤੇ ਜੇ ਜਵਾਬ ਦੇਣਾ ਸੀਗਾ ਸਾਡਾ ਦੋਸਤ ਸੀ ਪੰਜਾਬੀ ਟ੍ਰਿਬਿਊਨ ਦਾ ਫਿਰ ਲੰਮਾ ਸਮਾਂ ਐਡੀਟਰ ਰਿਹਾ ਹਰਭਜਨ ਹਲਵਾਰ ਵੀ ਪੰਜਾਬੀ ਦਾ ਬੜਾ ਅੱਛਾ ਸ਼ਾਇਰ ਸੀਗਾ ਉਹਨੇ ਕਿਹਾ ਵੀ ਦੋਸਤੋ ਗੱਲ ਇਹ ਆ ਕਿ ਸੱਚਾ ਲੇਖਕ ਉਹ ਹੁੰਦਾ ਆ ਜਿਹੜਾ ਆਪਣੇ ਅੰਦਰ ਦੀ ਆਵਾਜ਼ ਪੇਸ਼ ਕਰੇ ਉਹਨੇ ਕਿਸੇ ਪਾਰਟੀ ਦੇ ਮੈਨੀਫੈਸਟੋ ਮੁਤਾਬਕ ਨਹੀਂ ਲਿਖਣਾ ਹੁੰਦਾ ਤੇ ਉਹਦੇ ਅੰਦਰ ਜਿਵੇਂ ਲੇ ਦੇ ਕੇ ਫਕਤ ਆਪਣੇ ਪਾਸ ਇੱਕ ਨਜ਼ਰ ਹੀ ਤੋ ਹੈ ਕਿਉਂ ਦੇਖੇ ਦੁਨੀਆ ਕੋ ਕਿਸੀ ਔਰ ਕੀ ਨਜ਼ਰ ਸੇ ਹਮ ਆਂਦਾ ਉਹਨੇ ਆਪਣੀ ਨਜ਼ਰ ਨਾਲ ਦੇਖਣਾ ਹੈ ਪਾਰਟੀ ਦੀ ਨਜ਼ਰ ਨਾਲ ਨਹੀਂ ਦੇਖਣਾ ਤੇ ਜਦੋਂ ਆਪਣੀ ਨਜ਼ਰ ਨਾਲ ਦੇਖਦਾ ਆ ਤੇ ਉਦੋਂ ਉਹਦੀ ਲਿਖਤ ਦੀ ਧਾਰ ਹੇਠਾਂ ਜੇ ਉਹਦੀ ਪਾਰਟੀ ਆਉਂਦੀ ਹੈ ਤੇ ਜੰਮ ਜੰਮ ਆਵੇ ਜੇ ਉਹਦੀ ਲਿਖਤ ਦੀ ਧਾਰ ਹੇਠਾਂ ਉਹਦਾ ਪਰਿਵਾਰ ਆਉਂਦਾ ਤੇ ਜੰਮ ਜੰਮ ਆਵੇ ਜੇ ਉਹਦਾ ਆਪਣਾ ਆਪ ਵੀ ਆਉਂਦਾ ਤੇ ਜੰਮ ਜੰਮ ਆਵੇ ਅਸਲੀ ਲੇਖਕ ਉਹ ਹੀ ਆਉਂਦਾ ਤੇ ਵਰਿਆਮ ਅਸਲੀ ਲੇਖਕ ਜੇ ਏਦਾਂ ਦੀ ਕਹਾਣੀ ਲਿਖ ਕਹਿਣਾ ਮੈਂ ਚਾਹ ਰਿਹਾ ਕਿ ਮੈਨੂੰ ਫਿਰ ਅਹਿਸਾਸ ਹੋ ਗਿਆ ਕਿ ਜਿਹੜੇ ਲੋਕਾਂ ਨੂੰ ਚੀਨ ਪੱਖੀ ਤੇ ਰੂਸ ਪੱਖੀ ਦਾ ਹੀ ਦੁੱਖ ਦੁਖੀ ਕਰੀ ਜਾਂਦਾ ਆ ਇਹਨਾਂ ਬੰਦਿਆਂ ਨਾਲ ਵਾਰਾ ਨਹੀਂ ਖਾਣਾ ਤੇਰਾ ਵਰਿਆਮ ਸਿਆ ਤੇ ਤੂੰ ਇੱਕ ਵਿਥ ਤੇ ਹੋ ਜਾ ਤੇ ਮੈਂ
ਜਿਹੜੀ ਸਿਆਸਤ ਸੀ ਕਿ ਅਮਲੀ ਤੌਰ ਤੇ ਉਹਦੇ ਨਾਲ ਵੱਖਰਾ ਹੋ ਗਿਆ, ਪਰ ਇਹਦਾ ਮਤਲਬ ਇਹ ਨਹੀਂ ਕਿ ਮੇਰੀ ਸਿਆਸਤ ਕੋਈ ਨਹੀਂ ਸੀਗੀ। ਮੇਰੀ ਸਿਆਸਤ ਸੀਗੀ, ਉਹ ਸਿਆਸਤ ਮੇਰੀਆਂ ਕਹਾਣੀਆਂ ਚੋਂ ਬੋਲਦੀ ਆ। ਇੱਕ ਹੋਰ ਗੱਲ ਜੀ, ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਸਾਲ ਬਾਅਦ ਆਪਣੇ ਪਾਠਕਾਂ ਦੀਆਂ ਪ੍ਰੀਤ ਮਿਲਦੀਆਂ ਕਰਿਆ ਕਰਦੇ ਸਨ, ਜਿਹੜੇ ਰੀਡਰ ਸਨ ਨਾ ਉਹਨਾਂ ਦੇ। ਸਰਦਾਰ ਗੁਰਬਖਸ਼ ਸਿੰਘ ਨੇ ਪੰਜਾਬੀ ਜ਼ਬਾਨ ਦੇ ਜਿਹੜੇ ਲੇਖਕ ਨੇ ਉਹਨਾਂ ਦੀਆਂ ਦੋ ਤਿੰਨ ਪੀੜ੍ਹੀਆਂ ਨੂੰ ਆਪਣੇ ਵਿਚਾਰਾਂ ਦੇ ਨਾਲ ਸਿੰਜਰਿਆ, ਉਹਨਾਂ ਨੂੰ ਬਣਾਇਆ, ਉਹਨਾਂ ਦੀ ਸ਼ਖਸੀਅਤ ਦੀ ਉਸਾਰੀ ਕੀਤੀ ਹੈ। ਉਹ ਬੁਨਿਆਦੀ ਤੌਰ ਤੇ ਇੰਜੀਨੀਅਰ ਸਨ ਤੇ ਉਹਨਾਂ ਬਾਰੇ ਇਹ ਕਿਹਾ ਜਾਂਦਾ ਕਿ ਉਹਨਾਂ ਨੇ ਪੁਲ ਦਾ ਦੂਜੀਆਂ ਚੀਜ਼ਾਂ ਹੀ ਨਹੀਂ ਬਣਾਉਣ ਦੀ ਗੱਲ ਕੀਤੀ, ਉਹਨਾਂ ਨੇ ਬੰਦਿਆਂ ਦੀ ਸ਼ਖਸੀਅਤ ਨੂੰ ਉਸਾਰਨ ਵਾਸਤੇ ਵੀ ਬਹੁਤ ਵੱਡਾ ਰੋਲ ਅਦਾ ਕੀਤਾ। ਔਰ ਪੰਜਾਬ ਦੀ ਇੱਕ ਉਸ ਪੂਰੇ 40-50 ਸਾਲ ਦੇ ਜਿਹੜੇ ਲੋਕ ਸਨ ਪੰਜਾਬੀ ਪੜ੍ਹਨ ਲਿਖਣ ਵਾਲੇ, ਉਹ ਕੋਈ ਇਹੋ ਜਿਹਾ ਨਹੀਂ ਹੋਵੇਗਾ ਜਿਹੜਾ ਸਰਦਾਰ ਗੁਰਬਖਸ਼ ਸਿੰਘ ਤੋਂ ਮੁਤਾਸਰ ਨਾ ਹੋਇਆ ਹੋਵੇਗਾ। ਪ੍ਰੀਤ ਮਿਲਣੀ ਸੀ 1967 ਵਿੱਚ ਆਖਰੀ ਸੈਸ਼ਨ, ਆਖਰੀ ਸੈਸ਼ਨ ਦੇ ਵਿੱਚ ਬਾਬਾ ਸੋਹਣ ਸਿੰਘ ਭਕਨਾ ਗਦਰ ਪਾਰਟੀ ਦੇ ਪ੍ਰਧਾਨ ਸਨ, ਜਿਨ੍ਹਾਂ ਨੇ 26 ਸਾਲ ਆਜ਼ਾਦੀ ਸੰਗਰਾਮ ਦੇ ਵਾਸਤੇ ਜੇਲ੍ਹ ਕੱਟੀ। 26 ਸਾਲ ਜੇਲ੍ਹ ਕੱਟਣ ਵਾਲੇ, ਕੁੰਭ ਪੈ ਗਿਆ ਸੀ ਉਹਨਾਂ ਦੇ ਜਿਸਮ ਨੂੰ ਤੇ ਉਹ ਹੱਸ ਕੇ ਕਿਆ ਕਰਦੇ ਸਨ, ਉਹ ਕਹਿੰਦੇ ਹੁੰਦੇ ਸਨ ਕਿ ਅੰਗਰੇਜ਼ ਦੀ ਜਿਹੜੀ ਜੇਲ੍ਹ ਸੀਗੀ ਜਾਂ ਅੰਗਰੇਜ਼ ਦੀ ਜਿਹੜੀ ਸਖਤੀ ਸੀਗੀ ਉਹ ਮੇਰੀ ਪਿੱਠ ਨੂੰ ਕੁੰਭਾ ਨਹੀਂ ਕਰ ਸਕੀ। ਉਹ ਜਦੋਂ ਦੇਸ਼ ਆਜ਼ਾਦ ਹੋ ਗਿਆ ਸੋ ਕਾਂਡ ਤੇ ਉਦੋਂ ਉਹਨਾਂ ਨੂੰ ਉਦੋਂ ਵੀ ਗ੍ਰਿਫਤਾਰ ਕਰਕੇ ਤੇ ਜੋਲ ਕੈਂਪ ਵਿੱਚ ਰੱਖਿਆ ਗਿਆ ਸੀ ਤੇ ਬਜ਼ੁਰਗ ਉਮਰ ਸੀ ਤੇ ਉੱਥੋਂ ਦੇ ਹਾਲਾਤ ਮਾੜੇ ਸਨ ਜੇਲ੍ਹ ਦੇ ਤੇ ਉਹਦੇ ਨਾਲ ਉਹਨਾਂ ਦੀ ਕਮਜ਼ੋਰ ਸਿਹਤ ਕਰਕੇ ਉਹਨਾਂ ਦੀ ਪਿੱਠ ਕੁੱਬੀ ਹੋ ਗਈ ਤੇ ਉਹ ਹੱਸ ਕੇ ਕਿਆ ਕਰਦੇ ਸਨ, ਮੇਰੀ ਕੁੱਬੀ ਹੋਈ ਜਿਹੜੀ ਪਿੱਠ ਹੈ ਕਿ ਨਹੀਂ ਇਹਦੇ ਉੱਤੇ ਆਜ਼ਾਦ ਸਰਕਾਰ ਦਾ ਠੱਪਾ ਲੱਗਿਆ ਹੋਇਆ। ਹਾਂਜੀ, ਕਾਂਗਰਸ ਸਰਕਾਰ ਹੀ ਸੀ ਉਦੋਂ, ਦੂਜੀ ਸਰਕਾਰ ਤੇ ਬੁਲਾਈ ਆ। ਇਹਦੇ ਵੀ ਬੜੇ ਠੱਪੇ ਲੱਗੇ ਨੇ, ਪਤਾ ਨੀ ਮੇਰੇ ਵਰਗਿਆਂ ਤੇ ਕਿੰਨਿਆਂ ਤੇ ਲੱਗਣੇ ਤੁਹਾਡੇ ਵਰਗਿਆਂ ਤੇ ਉਹਦੀ। ਚਲੋ, ਉਹਨਾਂ ਨੇ ਕਿਹਾ, ਗੱਲ ਕਰਦੇ ਬੜੀ ਖੂਬਸੂਰਤ ਗੱਲ ਦੀ, ਹੁਣ ਉੱਠ ਕੇ ਜਦੋਂ ਮਰਜ਼ੀ ਖੜਾ ਹੋ ਜਾਵੇ ਕੋਈ ਗੱਲ ਨਹੀਂ, ਇਹਨਾਂ ਨੇ ਰੋਟੀ ਰਾਟੀ ਖਾਣੀ ਜਾ ਕੇ ਠੀਕ ਚੱਲ ਰਿਹਾ ਮੈਂ। ਇਹ ਤੇ ਅੱਜ ਦੇਖੋ ਜੀ, ਅੱਜ ਉਹ ਪਬਲਿਕਲੀ ਬਣ ਗਿਆ ਵੀ ਮੇਰਾ ਭੜੇਵਾ ਹੈਗਾ। ਮਾਂ ਤੇ ਮੈਨੂੰ ਭਰਾ ਕਹਿੰਦੀ ਸੱਚੀ ਬੜੀ ਮੈਨੂੰ ਬੜਾ ਲਾਡ ਕਰਦੀ ਸੀ, ਹੈ ਤੇ ਇਹ ਵੀ ਮੇਰੀ ਅੱਜ ਦੀ ਪ੍ਰਾਪਤੀ ਜੀ, ਤੁਹਾਨੂੰ ਨੀ ਪਤਾ ਪਰ ਮੈਂ ਇਧਰੋਂ ਕਿੱਦਾਂ ਖੁਸ਼ ਹੈ ਮੈਂ ਹੀ ਜਾਣਦਾ। ਗੱਲ ਕੀ ਕਰਦਾ ਸੀ ਭਕਨਾ ਸਾਹਿਬ, ਕਹਿ ਰਹੇ ਨੇ ਕਹਿੰਦੇ ਨੌਜਵਾਨੋ ਕੋਈ ਬੰਦਾ ਮਰਨਾ ਨੀ ਚਾਹੁੰਦਾ, ਹਰੇਕ ਬੰਦਾ ਜਿਉਣਾ ਚਾਹੁੰਦਾ। ਕਹਿੰਦੇ ਜਿਹੜੇ ਸ਼ਹੀਦ ਹੁੰਦੇ ਨੇ ਨਾ ਅਸਲ ਵਿੱਚ
ਉਹਨਾਂ ਦੇ ਮਨ ਵਿੱਚ ਵੀ ਇੱਕ ਸੂਖਮ ਜਿਹਾ ਅਹਿਸਾਸ ਹੁੰਦਾ ਆ ਕਿ ਆਪਣੇ ਆਦਰਸ਼ ਵਾਸਤੇ ਸ਼ਹਾਦਤ ਦਾ ਜਾਮ ਪੀ ਜਾਵਾਂਗੇ, ਕੁਰਬਾਨ ਹੋ ਜਾਵਾਂਗੇ, ਪਰ ਮਰਨ ਤੋਂ ਬਾਅਦ ਆਪਣੇ ਲੋਕਾਂ ਦੇ ਚੇਤਿਆਂ ਵਿੱਚ ਜਿਉਂਦੇ ਰਹਾਂਗੇ। ਉਹ ਕਹਿੰਦੇ ਨੇ ਇਹ ਅਹਿਸਾਸ ਜਿਹੜਾ ਹੈ ਨਾ, ਇਹ ਉਹਨਾਂ ਨੂੰ ਸ਼ਾਨ ਦੇ ਨਾਲ ਮਰਨ ਵਾਸਤੇ ਹੌਸਲਾ ਦਿੰਦਾ। ਫਿਰ ਉਹਨਾਂ ਨੇ ਪਤੇ ਦੀ ਗੱਲ ਕੀ, ਉਹਨੇ ਕਿਹਾ ਦੌਜ ਵਦੋਂ ਜੇ ਮਰਨ ਤੋਂ ਬਾਅਦ ਜਿਉਂਦੇ ਰਹਿਣਾ ਚਾਹੁੰਦੇ ਹੋ ਤੇ ਜਾਂ ਤਾਂ ਇਹੋ ਜਿਹਾ ਕੰਮ ਲਿਖ ਜਾਓ, ਆਹ ਸੁਣੋ ਜੀ ਮਰ ਜਾਓ ਜੀ, ਉਹਨਾਂ ਨੇ ਕਿਹਾ ਜਾਂ ਤਾਂ ਇਹੋ ਜਿਹਾ ਕੰਮ ਕਰ ਜਾਓ ਜਿਹੜਾ ਤੁਹਾਡੇ ਮਰਨ ਤੋਂ ਬਾਅਦ ਲਿਖਿਆ ਜਾ ਸਕੇ, ਤੇ ਜਾਂ ਇਹੋ ਜਿਹਾ ਲਿਖ ਜਾਓ ਜੋ ਤੁਹਾਡੇ ਮਰਨ ਤੋਂ ਬਾਅਦ ਪੜ੍ਹਿਆ ਜਾ ਸਕੇ। ਮੈਂ ਜਿਵੇਂ ਦੱਸਿਆ ਤੁਹਾਨੂੰ ਕਿ ਮੈਂ ਇਹ ਸੋਚਿਆ ਸੀ ਤੇ ਇਹੋ ਜਿਹਾ ਕੁਝ ਕਰਨ ਦੀ ਕੋਸ਼ਿਸ਼ ਹੀ ਕਰਾਂਗਾ ਤੇ ਇਹੋ ਜਿਹਾ ਲਿਖਣ ਦੀ ਕੋਸ਼ਿਸ਼ ਹੀ ਕਰਾਂਗਾ, ਤੋ ਕਰਨ ਵਾਲੇ ਪਾਸਿਓ ਤੇ ਮੈਂ ਫਿਰ ਇੱਕ ਵਿੱਥ ਤੇ ਹੋ ਗਿਆ, ਪਰ ਮੈਂ ਲਿਖਿਆ ਆਪਣੇ ਲੋਕਾਂ ਦੇ ਦੁੱਖ ਨੂੰ, ਆਪਣੇ ਲੋਕਾਂ ਦੇ ਦਰਦ ਨੂੰ, ਆਪਣੇ ਲੋਕਾਂ ਦੇ ਸੰਘਰਸ਼ ਨੂੰ। ਤੋ ਇੱਕ ਸ਼ਾਇਰ ਦਾ ਖਿਆਲ ਆ, ਉਹ ਕਹਿੰਦੇ ਨੇ ਕਿ ਮੋਮਬੱਤੀ ਬਲਦੀ ਪਈ ਸੀ ਤੇ ਬਲਦੀ ਹੋਈ ਲਾਟ ਨੇ ਆਪਣੇ ਨਾਲ ਨਾਲ ਪਿਘਲਦੀ ਜਾਂਦੀ ਮੋਮ ਨੂੰ ਸਵਾਲ ਕੀਤਾ ਕਿ ਸਰਨਾ ਤੇ ਬਲਣਾ ਮੇਰੀ ਤਾਂ ਕਿਸਮਤ ਵਿੱਚ ਲਿਖਿਆ ਹੋਇਆ, ਤੂੰ ਕਿਉਂ ਕਮਲੀਏ ਮੇਰੇ ਨਾਲ ਨਾਲ ਪਿਘਲਦੀ ਜਾਂਦੀ ਹੈ? ਤੇ ਪਿਘਲਦੀ ਜਾਂਦੀ ਮੋਮ ਨੇ ਕਿਹਾ ਜਿਹਨੂੰ ਆਪਣੇ ਸੀਨੇ ਚ ਇੰਨੀ ਮੁਹੱਬਤ ਨਾਲ ਵਸਾਇਆ ਹੋਵੇ ਉਹਦਾ ਸਰਨਾ ਤੇ ਬਲਣਾ ਕੋਈ ਬਰਦਾਸ਼ਤ ਕਿਵੇਂ ਕਰ ਸਕਦਾ? ਮੈਨੂੰ ਲੱਗਦਾ ਕਿ ਮੇਰੀਆਂ ਮੇਰੇ ਲੋਕਾਂ ਦਾ ਜਿਹੜਾ ਦੁੱਖ ਸੀ, ਮੇਰੇ ਲੋਕਾਂ ਦੇ ਜਿਹੜੇ ਪੀੜਾਂ ਸਨ, ਮੇਰੇ ਲੋਕਾਂ ਦੇ ਜਿਹੜੇ ਦਰਦ ਸਨ, ਉਹ ਬਲਦੇ ਸਨ ਮੇਰੇ ਅੰਦਰ ਤੇ ਮੇਰੇ ਅੱਖਰ ਜਿਹੜੇ ਨੇ ਉਸ ਮੋਮ ਵਾਂਗ ਪਿਘਲ ਕੇ ਮੇਰੀਆਂ ਲਿਖਤਾਂ ਦੇ ਰੂਪ ਵਿੱਚ ਕਾਗਜ਼ਾਂ ਉੱਤੇ ਛਪੇ ਹੋਏ। ਮੈਂ ਇਹੋ ਜਿਹੀ ਲਿਖਤ ਲਿਖਣੀ ਚਾਹੁੰਦਾ ਹਾਂ ਜੋ ਜ਼ਿੰਦਗੀ ਦੀ ਹਕੀਕਤ ਨੂੰ ਵੀ ਬਿਆਨ ਕਰੇ, ਜ਼ਿੰਦਗੀ ਦੇ ਦੁੱਖ ਨੂੰ ਵੀ ਬਿਆਨ ਕਰੇ, ਪਰ ਉਸ ਸਾਰੇ ਦੁੱਖ ਦੀ ਕਹਾਣੀ ਪਾਉਂਦਿਆਂ ਹੋਇਆਂ ਵੀ ਉਹ ਜ਼ਿੰਦਗੀ ਨੂੰ ਜਿਉਣ ਦਾ ਜਿਹੜਾ ਚਾਅ ਹੈ ਕਿ ਉਹਦੇ ਵਿੱਚੋਂ ਮਰੇ ਨਾ। ਇਹ ਮੇਰੀਆਂ ਕਹਾਣੀਆਂ ਦੇ ਵਿੱਚ ਅੰਦਰ ਲੁਪਤ ਚੀਜ਼ ਇਹ ਪਈ ਹੁੰਦੀ ਹੈ। ਆਹ ਜਿਹੜੀ ਕਹਾਣੀਆਂ ਦਾ ਨੌਜਵਾਨ ਨੇ ਜ਼ਿਕਰ ਕਰਕੇ ਗਿਆ ਹੈ, ਉਹ ਤੁਸੀਂ ਕਿਉਂਕਿ ਕਹਾਣੀਆਂ ਪੜ੍ਹੀਆਂ ਨਹੀਂ ਹੈਗੀਆਂ ਤੇ ਮੈਂ ਉਹਦਾ ਉਹਦਾ ਇੱਕ ਹਵਾਲਾ ਤੁਹਾਡੇ ਨਾਲ ਸਾਂਝਾ ਕਰਦਾ। ਉਹ ਨੌਜਵਾਨ ਹੈ ਮੁੰਡਾ, ਥੋੜ੍ਹਾ ਜਿਹਾ ਸਿੱਧੜ ਹੈ ਅਤੇ ਉਹ ਇੱਕ ਕਲਪਨਾ ਦੇ ਸੰਸਾਰ 'ਚ ਰਹਿੰਦਾ ਹੈ ਕਿ ਮੇਰਾ ਪਿਓ ਧਰਮਿੰਦਰ ਆ ਅਤੇ ਮੇਰੀ ਮਾਂ ਹੇਮਾ ਮਾਲਣੀ ਆ, ਹੇਮਾ ਮਾਲਣੀ ਵੀ ਹੇਲਾ ਮਾਲਣੀ ਕਹਿੰਦਾ ਹੁੰਦਾ ਸੀ ਉਹ, ਤੇ ਫਿਰ ਦੂਜਿਆਂ ਨੇ ਸੋਚ ਕੇ ਉਹਨੂੰ ਹੇਮਾ ਮਾਲਣੀ ਕਰਾ ਦਿੱਤਾ। ਫਿਰ ਕਿਸੇ ਨੇ ਦੱਸਤਾ ਨਹੀਂ ਉਹ ਜਿਹੜਾ ਤੂੰ ਕਹਿੰਦਾ ਕਿ ਨਹੀਂ ਉਹ ਹੇਮਾ ਮਾਲਣੀ ਤੇ ਦੂਜੀ ਆ, ਪਹਿਲੀ ਮਾਂ ਤੇ ਪ੍ਰਕਾਸ਼ ਕੌਰ ਸੀਗੀ ਧਰਮਿੰਦਰ ਦੀ ਘਰ ਵਾਲੀ। ਉਹ ਲੋਕ ਜਿਹੜੇ ਉਹਨੂੰ ਦੱਸ ਦੱਸ ਕੇ ਤੇ ਉਹਦੇ ਅੰਦਰ ਮਤਲਬ ਇੱਕ ਬਣਾਈ ਜਾਂਦਾ, ਉਹ ਇੱਕ ਸੁਪਨਿਆਂ ਦਾ ਮਹਿਲ ਉਹ ਸਾਰੀ ਫਿਰਦਾ ਆਪਣੇ ਆਪ ਦੇ ਵਿੱਚ। ਉਹ ਫਿਰ ਉਹਨਾਂ ਨੇ ਵੀ ਕਿਹਾ ਵੀ ਤੈਨੂੰ ਸ਼੍ਰੀ ਦੇਵੀ ਦਾ ਸਾਗ ਕਰਾ ਦਾਂਗੇ। ਉਹ ਹੁਣ ਸ਼੍ਰੀ ਦੇਵੀ ਨੂੰ ਕਲਪਨਾ ਵਿੱਚ ਉਹ ਬਿਠਾ ਲਿਆ ਉਹਨੇ।
ਉਹ ਫਿਰ ਕਦੀ ਕਹਿੰਦਾ ਚਾਚਾ ਆਈ ਸੀ ਪਰਸੋਂ ਬੰਬੀ ਦੇ ਚਮੱਚੇ ਚ ਕਹਿੰਦੀ ਆ ਪਲੰਗ ਖੜੁੱਤਾ ਨਹਾਈਏ ਤੇ ਬੰਬੀ ਚਾਚਾ ਚੱਲਦੀ ਸੀਗੀ ਤੇ ਮੇਰੇ ਤੇ ਪਾਣੀ ਦੇ ਛਿੱਟੇ ਪਾਉਂਦੀ ਸੀ ਤੇ ਮੈਂ ਵੀ ਉਹਦੇ ਪਾਣੀ ਦੇ ਛਿੱਟੇ ਪਾਉਂਦਾ ਹਾਂ ਜਿਵੇਂ ਫਿਲਮਾਂ ਚ ਪੈਂਦੇ ਆ ਮੈਨੂੰ ਇੱਕ ਕਲਪਨਾ ਸੰਸਾਰ ਵਿੱਚ ਰਹਿ ਰਹੇ ਸੋ ਮਤਲਬ ਸੋਹਣੀ ਘਰ ਵਾਲੀ ਹੋਣੀ ਸੋਹਣੀ ਕੋਠੀ ਹੋਣੀ ਸੋਹਣਾ ਜੀਵਨ ਹੋਣਾ ਉਹ ਕਹਿੰਦਾ ਮੈਨੂੰ ਮੇਰੇ ਪਿਓ ਨਾ ਧਰਮਿੰਦਰ ਨੇ ਮੈਨੂੰ ਹਵਾਈ ਜਹਾਜ਼ ਲੈ ਕੇ ਦਿੱਤਾ ਹੋਇਆ ਮੈਂ ਕਦੀ ਲੰਡਨ ਜਾਂਦਾ ਕਦੀ ਕਿਤੇ ਜਾਂਦਾ ਕਦੀ ਕਿਤੇ ਜਾਂਦਾ ਅੰਮ੍ਰਿਤਸਰ ਸ਼ਹਿਰ ਵਿੱਚ ਆਪਣੀਆਂ 8 ਕੋਠੀਆਂ ਨੇ 100 ਮੱਝਾਂ ਨੇ ਆਪਣੀਆਂ ਮਤਲਬ ਜੋ ਕੁਛ ਉਹਦੇ ਕੋਲ ਨਹੀਂ ਹੈਗਾ ਉਹ ਕਲਪਨਾ ਦੇ ਵਿੱਚ ਉਹਨੇ ਉਸਾਰਿਆ ਕਿ ਅਸਲ ਕਹਾਣੀ ਉਹਦੀ ਸਾਰਾ ਲਬੋ ਲਹਿਜ਼ਾ ਇਹ ਆ ਕਿ ਮੀਡੀਏ ਨੇ ਚੌਗਿਰਦੇ ਨੇ ਬੰਦੇ ਦੇ ਅੰਦਰ ਸੁਪਨੇ ਤਾਂ ਬਹੁਤ ਵੱਡੇ ਪੈਦਾ ਕਰ ਦਿੱਤੇ ਨੇ ਅਸਮਾਨੀ ਕਰ ਦਿੱਤੇ ਨੇ ਪੈਦਾ ਪਰ ਜਿਹੜਾ ਹਾਲਾਤ ਦੀ ਸਿਤਮ ਜ਼ਰੀਫੀ ਇਹ ਆ ਕਿ ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਦੇ ਵਾਸਤੇ ਕੋਈ ਵਸੀਲਾ ਨਹੀਂ ਹੈਗਾ ਤੇ ਜਦੋਂ ਸੁਪਨਿਆਂ ਦਾ ਤੇ ਹਕੀਕਤ ਦਾ ਆਪਸ ਵਿੱਚ ਜਦੋਂ ਇਹ ਟਕਰਾਅ ਹੁੰਦਾ ਆ ਤੇ ਜਿਹੜਾ ਇਹ ਵੱਡਾ ਪਾੜਾ ਹੈ ਸੁਪਨਿਆਂ ਤੇ ਹਕੀਕਤ ਦਾ ਇਹ ਬੰਦੇ ਨੂੰ ਪਾੜ ਕੇ ਰੱਖ ਉਹ ਇੱਕ ਪਾਟਿਆ ਹੋਇਆ ਬੰਦਾ ਉਹ ਕਹਾਣੀ ਦੀਆਂ ਬੜੀਆਂ ਸ਼ੇਡਸ ਨੇ ਬੜੀਆਂ ਸ਼ੇਡਸ ਨੇ ਉਹਨਾਂ ਦੀ ਮੈਂ ਗੱਲ ਛੱਡਦਾ ਉਦੋਂ ਬਾਅਦ ਮੈਂ ਕਹਾਣੀ ਇੱਕ ਹੋਰ ਲਿਖੀ ਜਿਹੜੀ ਉਸੇ ਨੂੰ ਹੀ ਅੱਗੇ ਐਕਸਟੈਂਡ ਕੀਤਾ ਉਹਦਾ ਨਾਂ ਮੈਂ ਰੋ ਨਾ ਲਵਾਂ ਇੱਕ ਵਾਰ ਉਸ ਕਹਾਣੀ ਦੇ ਵਿੱਚ ਮੈਂ ਉਹ ਗੱਲ ਤੁਹਾਨੂੰ ਸੁਣਾਉਣੀ ਬਾਕੀ ਗੱਲ ਨਹੀਂ ਸੁਣਾਉਂਦਾ ਉਹ ਵੀ ਕਹਾਣੀ ਪੜ੍ਹਨ ਵਾਲੀ ਆ ਉਹਦੇ ਵਿੱਚ ਉਹ ਕਰੈਕਟਰ ਮੇਰੇ ਦੋਸਤ ਦੇ ਪਿੰਡ ਦਾ ਸੀਗਾ ਤੇ ਜਦੋਂ ਵੀ ਕਿਤੇ ਅਸੀਂ ਯੂਨੀਵਰਸਿਟੀ ਆਉਣਾ ਤੇ ਕਹਿਣਾ ਯਾਰਾਂ ਦੋਸਤਾਂ ਨੇ ਪ੍ਰੋਫੈਸਰਾਂ ਨੇ ਚੱਲ ਯਾਰ ਆਪਣਾ ਕਰੈਕਟਰ ਹੀ ਦਿਖਾ ਕੇ ਲੈ ਕੇ ਆ ਤੇ ਅਸੀਂ ਉਹਦੇ ਪਿੰਡ ਚਲੇ ਜਾਇਆ ਕਰਨਾ ਉਹਦੀਆਂ ਗੱਲਾਂ ਸੁਣਿਆ ਕਰਨੀਆਂ ਉਹਨਾਂ ਮਤਲਬ ਜਦੋਂ ਕਹਾਣੀ ਚ ਪੇਸ਼ ਹੋਇਆ ਤੇ ਅਸੀਂ ਸਾਰੇ ਤਮਾਸ਼ਬੀਨ ਦੇ ਤੌਰ ਤੇ ਪੇਸ਼ ਹੋਏ ਉਹਦਾ ਸਵਾਦ ਲੈਂਦੇ ਪਏ ਅਸੀਂ ਇੱਕ ਵਾਰ ਨਾ ਜੀ ਜਿਹੜਾ ਮੇਰੇ ਦੋਸਤ ਨੇ ਉਹਨੂੰ ਰੱਖਿਆ ਹੋਇਆ ਸੀ ਉਹਨੇ ਉਹਨੂੰ ਕੰਮ ਤੋਂ ਕੱਢ ਦਿੱਤਾ ਉਹਦੇ ਕਾਰਨ ਵੱਖਰੇ ਸੀਗੇ ਤੇ ਉਹ ਹੁਣ ਵਿਚਾਰਾ ਨਾ ਅੱਗੇ ਤੇ ਉਹਦੇ ਘਰ ਰਹਿੰਦਾ ਸੀਗਾ ਉਹ ਤੇ ਰੋਟੀ ਪਾਣੀ ਉਹਨੂੰ ਖਾਣ ਨੂੰ ਪੂਰਾ ਮਿਲਦਾ ਸੀਗਾ ਇਹ ਵੀ ਇੱਕ ਗੱਲ ਹੈਗੀ ਆ ਕਿ ਇੱਕ ਦਿਨ ਕਹਿੰਦਾ ਚਾਚੀ ਸਾਡਾ ਜਿਹੜਾ ਹੈਗਾ ਨਾ ਭਿੱਲੀ ਛੋਟਾ ਮੇਰੇ ਤੋਂ ਉਹ ਕਹਿੰਦੇ ਰੋਟੀਆਂ ਬੜੀਆਂ ਖਾਂਦਾ ਉਹ 14-14 15-15 ਰੋਟੀਆਂ ਖਾਂਦਾ ਤੇ ਨਾ ਛਿੰਨੋ ਮੇਰੀ ਮਾਂ ਜਿਹੜੀ ਆ ਉਹਨੂੰ ਚਿਮਟੇ ਨਾਲ ਰੋਜ਼ ਕੁੱਟਦੀ ਆਉਂਦੀ ਉਤਰਿਆ ਮੈਂ ਤੈਨੂੰ ਕਿੱਥੋਂ ਇੰਨਾ ਆਟਾ ਲਿਆ ਕੇ ਖਵਾਵਾਂ ਤੇ ਚਾਚੀ ਮੈਂ ਨਾ ਹੁਣ ਇਹ ਸੋਚਿਆ ਆਪਣਾ ਕਿਤੇ ਨਵਾਂ ਡਾਕਟਰ ਆਇਆ ਹਸਪਤਾਲ 'ਚ ਤੇ ਮੈਂ ਸੋਚਿਆ ਕਿ ਉਹ ਕਹਿੰਦੇ ਮਿਹਦੇ ਬਦਲ ਦਿੰਦਾ ਆਪ ਹੀ ਉਹ ਕਹਿੰਦੇ ਮੈਂ ਨਾ ਭਿੱਲੀ ਵਾਲਾ ਮਿਹਦਾ ਆਪਣੇ ਆਪ ਨੂੰ ਪਵਾ ਲਵਾਂ ਆਪਣਾ ਉਹਨੂੰ ਪਵਾ ਲਵਾਂ ਤੇ ਤੈਨੂੰ ਤਾਂ ਫਰਕ ਹੀ ਕੋਈ ਨਹੀਂ ਪੈਣਾ ਤੂੰ ਭਾਵੇਂ 14 ਰੋਟੀਆਂ ਖਵਾਵੇਂ ਭਾਵੇਂ 15 ਖਵਾਵੇਂ ਤੇਰੇ ਕੋਲ ਤੇ ਮੈਂ ਖਾ ਲਿਆ ਕਰੂੰਗਾ ਤੇ ਉਹਨੂੰ 3-4 ਰੋਟੀਆਂ ਵਾਲਾ ਆਪਣਾ ਮਿਹਦਾ ਉਹਨੂੰ ਦੇ ਦੇਣਾ ਛਿੰਨੋ ਤੋਂ ਕੁੱਟਣਾ ਪਿਆ ਕਰੇ ਉਹਨੂੰ ਚਲੋ ਇਹਦੇ ਜਿਹੜਾ ਦਰਦ ਆ ਉਹ ਵੱਖਰੀ ਗੱਲ ਹੈਗੀ ਹੈ ਅੱਛਾ ਉਹਨੇ ਕੰਮ ਤੋਂ ਹਟਾ ਦਿੱਤਾ ਜੀ ਕੰਮ ਤੋਂ ਹਟਾ ਤਾ ਤੇ ਹੁਣ ਛਿੰਨੋ ਤੇ ਰੋਟੀ ਦਿੰਦੀ ਨੀ ਉਹ ਕਹਿੰਦੀ ਵੀ ਤੂੰ ਤੇ ਕੰਮ ਜਿਹੜਾ ਉਹ ਕਰਦਾ ਸੀਗਾ ਜਿਹੜੇ ਪੈਸੇ ਆ ਉਹ ਵੀ ਤੂੰ ਛਕ ਛਕਾ ਜਾਂਦਾ ਤੇ
ਉਹ ਭੁੱਖਾ ਫਿਰਦਾ, ਤਿੰਨ ਤਿੰਨ ਚਾਰ ਚਾਰ ਦਿਨ ਰੋਟੀ ਨਹੀਂ ਮਿਲਦੀ, ਉਹਦੇ ਘਰ ਦੇ ਕੋਈ ਵੀ ਲੰਘਦਾ ਵੀ ਮੈਨੂੰ ਇਹ ਨੌਕਰ ਫਿਰ ਰੱਖ ਲਿਓ, ਰੱਖਦਾ ਨੀਗਾ ਵੀ ਤੇਰੀ ਮਾਂ ਜਿਹੜੀ ਉਹ ਕਹਿੰਦੀ ਆ ਵੀ ਮੇਰੇ ਪੁੱਤ ਤੋਂ ਮੁਫ਼ਤ ਕੰਮ ਕਰਾਉਂਦੇ ਆ। ਮੈਂ ਤੇ ਮੇਰੇ ਦੋ ਦੋਸਤ ਅਸੀਂ ਗਏ ਤੇ ਉਹ ਕਹਿੰਦੇ ਆ ਅਸੀਂ ਉਹਨੂੰ ਵੇਖਣ ਮਿਲਣੀ ਗਏ ਸੀਗੇ, ਮੇਰੀ ਕਹਾਣੀ ਉਹ ਛੱਪ ਚੁੱਕੀ ਸੀ ਜਿਹੜੀ ਨੌ ਬਾਰਾਂ ਦਸ ਉਹਨੇ ਜ਼ਿਕਰ ਕੀਤਾ, ਉਹਨੂੰ ਦੇਖਣ ਹੀ ਗਏ ਸੀ ਅਸੀਂ। ਉਹ ਕਹਿੰਦੇ ਵੀ ਨਿੰਦਰ ਕਿੱਥੇ ਆ, ਕਹਿੰਦਾ ਨਿੰਦਰ ਨੂੰ ਤੇ ਮੈਂ ਦੋ ਮਹੀਨੇ ਹੋਏ ਜਵਾਬ ਦਿੱਤਾ, ਹੁਣ ਭੁੱਖਰਾ ਟੱਕਰਾ ਮਾਰਨਾ ਫਿਰਦਾ ਇੱਧਰ ਉੱਧਰ। ਉਹਦੇ ਅਸੀਂ ਤਾਂ ਯਾਰ ਉਹਨੂੰ ਮਿਲਣਾ ਸੀਗਾ ਅਸੀਂ ਆਖਿਆ। ਉਹ ਕਹਿੰਦਾ ਚਲੋ ਮੈਂ ਆਪਣੇ ਮੁੰਡੇ ਨੂੰ ਭੇਜਦਾ, ਉਹ ਪਿੰਡ ਚੋਂ ਕਿਤੇ ਲੱਭ ਗਲੀਆਂ 'ਚ ਫਿਰਦਾ ਉਹਨਾਂ ਲੈ ਕੇ ਆਉਂਦਾ। ਅੱਛਾ ਲਓ ਜੀ, ਇੰਨੇ ਚਿਰ ਨੂੰ ਉਹ ਮੁੰਡਾ ਉਹਦਾ ਲੱਭਣ ਵਾਸਤੇ ਗਿਆ, ਉਹਨੂੰ ਉਹਦੇ ਦੇਰ ਹੋ ਗਈ ਅਤੇ ਜਦੋਂ ਆਇਆ ਉਹਨੇ ਚਿਰ ਨੂੰ ਅਸੀਂ ਤਾਂ ਰੋਟੀ ਖਾਣ ਡਏ ਸੀਗੇ ਅਤੇ ਰੋਟੀ ਖਾਣ ਡਏ ਹਾਂ ਅਤੇ ਉਹ ਭੁੱਖਾ, ਉਹ ਆਇਆ ਅਤੇ ਐਂ ਕਰਕੇ ਉਹਦੀ ਧੌਣ ਝੁਕੀ ਆ, ਰੋਟੀ ਵੱਲ ਐਂ ਵਹਿੰਦਾ, ਸਾਡੇ ਵੱਲ ਐਂ ਥਾਲੀਆਂ ਵੱਲ ਵਹਿੰਦਾ ਵੀ ਰੋਟੀ ਖਾਂਦੇ ਆ। ਅੱਛਾ ਮੈਂ ਕਿਹਾ ਵੀ ਨਿੰਦਰਾ ਕੀ ਗੱਲ, ਧੌਣ ਜੀ ਕਿਉਂ ਸੁੱਟੀ ਆ ਤੂੰ, ਭੁੱਖ ਲੱਗੀ ਆ, ਰੋਟੀ ਖਾਣੀ ਆ। ਚਾਚਾ ਖਵਾ ਦੋਗੇ ਤੇ ਖਾ ਲੂਗਾ। ਅੱਗੇ ਬੜੀ ਚੜ੍ਹ ਕੇ ਗੱਲ ਕਰਦਾ ਹੁੰਦਾ ਸੀਗਾ, ਖਵਾ ਦੋਗੇ ਤੇ ਖਾ ਲੋਗੇ। ਮੈਂ ਜਾ ਉਹਦੇ ਮੁੰਡੇ ਨੂੰ ਕਿਹਾ ਜਾ ਰੋਟੀ ਪਵਾ ਕੇ ਲਿਆ, ਉਹ ਰੋਟੀ ਲੈ ਪਵਾ ਕੇ ਲੈ ਕੇ ਆਇਆ। ਉਹ ਜਿਹੜੀ ਉਹਦੀ ਧੌਣ ਚੁੱਕੀ ਸੀ, ਜਿਹੜਾ ਉਹਦਾ ਚਿਹਰੇ ਦਾ ਰੰਗ ਜਿਹੜਾ ਸੀ ਬੁਝਿਆ ਹੋਇਆ ਸੀਗਾ, ਉਹ ਇੱਕ ਰੋਟੀ ਖਾਧੀ ਫਟਾਫਟ, ਦੂਜੀ ਖਾਧੀ ਰੋਟੀ, ਤੀਜੀ ਫਟਾਫਟ ਖਾਧੀ, ਅਤੇ ਜਿਵੇਂ ਸੁੱਕੇ ਹੋਏ ਬੂਟੇ ਦੇ ਪਾਣੀ ਤੋਂ ਬਿਨਾਂ, ਜਾਂ ਸੁੱਕਿਆ ਹੋਇਆ ਬੂਟਾ ਹੁੰਦਾ ਤੁਸੀਂ ਪਾਣੀ ਪਾਈ ਜਾਂਦੇ ਹੋ ਅਤੇ ਨਾਲ ਦੇ ਨਾਲ ਜਿਵੇਂ ਉਹ ਖੜਾ ਹੁੰਦਾ ਜਾਂਦਾ ਹੈ ਨਾ, ਤੁਸੀਂ ਦੇਖਿਆ ਹੋਵੇਗਾ ਕਈ ਵਾਰ, ਉਹਦੇ ਚਿਹਰੇ 'ਤੇ ਰੰਗਤ ਆਉਂਦੀ ਜਾਂਦੀ ਹੈ, ਉਹਦੀ ਧੌਣ ਸਿੱਧੀ ਹੁੰਦੀ ਜਾਂਦੀ ਹੈ, ਅਤੇ ਅੱਠ ਨੌ ਰੋਟੀਆਂ ਖਾ ਕੇ ਰੱਜ ਕੇ, ਅਤੇ ਉਹਨਾਂ ਨੇ ਇੱਕ ਸ਼ਰਾਬ ਦਾ ਪੈਗ ਵੀ ਪਾ ਕੇ ਇੱਕ ਅੱਧਾ ਦੇ ਦਿੱਤਾ ਉਹਨੂੰ, ਅਤੇ ਫਿਰ ਉਹ ਆਉਂਦੇ ਵੀ ਸੁਣਾ ਤੂੰ ਤੇ ਪਹਿਲਾਂ ਸੱਚ। ਹਾਂ, ਇਹ ਤੋਂ ਪਹਿਲਾਂ ਉਹਨੂੰ ਪੁੱਛਿਆ ਵੀ ਗੱਲ ਨਿੰਮੋ ਝੂਣਾ ਕਿਉਂ ਆਇਆ, ਅਗਰ ਨਿੰਮੋ ਝੂਣਾ ਮੈਂ ਕਾਹਦਾ ਹੋਣਾ ਵਾ, ਵੀ ਭਾਪੇ ਧਰਮਿੰਦਰ ਨੇ ਕੀ ਕੀਤਾ, ਮੇਰੇ ਨਾਲ ਕੀਤਾ ਧੱਕਾ, ਉਹਨੇ ਸਾਰੀ ਜ਼ਮੀਨ ਜਾਇਦਾਦ ਜਿਹੜੀ ਉਹ ਬੋਬੀ ਦਿਓਲ ਅਤੇ ਸਨੀ ਦਿਓਲ ਦੇ ਨਾਲ ਲਾਤੀ ਹੈ, ਅਤੇ ਮੈਨੂੰ ਤਾਂ ਉਹਨੇ ਫਾਰਗ ਕਰ ਦਿੱਤਾ, ਮੇਰੇ ਕੋਲ ਪੱਲੇ ਕੱਖ ਨਹੀਂ ਗਿਆ, ਅਤੇ ਮੈਂ ਨਿੰਮੋ ਝੂਣਾ ਤਾਂ ਹੋਣਾ ਹੀ ਹੋਇਆ। ਜਦੋਂ ਰੋਟੀ ਖਾਧੀ, ਰੋਟੀ ਖਾਂਦਿਆਂ ਮਤਲਬ ਜਦੋਂ ਉਹਦੇ ਚਿਹਰੇ 'ਤੇ ਜਲਾਓ ਆਇਆ, ਰੋਟੀ ਦੀ ਤਾਕਤ ਮੈਂ ਦੱਸਦਾ ਪਿਆ, ਜਦੋਂ ਰੱਜ ਕੇ ਰੋਟੀ ਖਾ ਲਈ ਅਤੇ ਰੋਟੀ ਖਾਣ ਤੋਂ ਬਾਅਦ ਡਕਾਰ ਮਾਰ ਕੇ ਅਤੇ ਕਹਿੰਦਾ ਚਾਚਾ ਇੱਕ ਮੈਂ ਤੈਨੂੰ ਦੱਸਾਂ ਗੱਲ। ਅਸੀਂ ਕੀ ਗੱਲ? ਇਹ ਹੀ ਵੀ ਭਾਵੇਂ ਧਰਮਿੰਦਰ ਨੇ ਮੇਰੇ ਕੋਲੋਂ ਵਸੀਤ ਦੇ ਲਿਖ ਕੇ ਉਹਨਾਂ ਦਾ ਨਾਂ ਅਤੇ ਮੇਰਾ ਹੱਕ ਖੋਹ ਲਿਆ, ਪਰ ਮੈਨੂੰ ਭਾਵੇਂ ਸੁਪਰੀਮ ਕੋਰਟ ਤੱਕ ਨਾ ਜਾਣਾ ਪਵੇ, ਹਿੱਸਾ ਆਪਣਾ ਮੈਂ ਵੀ ਨੀਗਾ ਛੱਡਦਾ ਲੈ ਕੇ ਰੱਖੂਗਾ। ਮਤਲਬ ਇਹਦਾ ਇਹ ਆ ਕਿ ਰੋਟੀ ਦੀ ਇੰਨੀ ਤਾਕਤ ਹੈਗੀ, ਰੋਟੀ ਭੁੱਖਾ ਸੀਗਾ ਅਤੇ ਧਰਮਿੰਦਰ ਨੇ ਵਸੀਤਾ ਦੂਜਿਆਂ ਭਰਾਵਾਂ ਦੇ ਨਾਂ ਕਰਤੀਆਂ, ਰੋਟੀ ਢਿੱਡ 'ਚ ਪਈ ਆ ਅਤੇ ਅਣਖ ਵੀ ਜਾਗ ਪਈ, ਜਾਨ ਵੀ ਜਾਗ ਪਈ, ਤਾਂ ਇਹ ਹੈ ਰੋਟੀ ਦੀ ਤਾਕਤ। ਮੈਂ ਹੁਣ ਕੀ ਗੱਲਾਂ ਕਰਾਂ, ਬੜੀਆਂ ਹੀ ਹੋ ਗਈਆਂ। ਮੈਂ ਕਹਿੰਦਾ ਹਾਂ ਅਤੇ ਮੈਂ ਆਖਰੀ ਗੱਲ ਕਹਿੰਦਾ ਤੁਹਾਡੇ ਨਾਲ ਵੀ ਜਿਹੜੀ ਮੇਰੇ ਜਿਹੜੇ ਕਿਰਦਾਰ ਨੂੰ ਜਿਹੜੀ ਬਿਆਨ ਕਰਦੀ ਆ ਉਹ ਇਹ ਆ ਕਿ ਜਦੋਂ 84 ਦਾ ਬਹੁਤ ਵੱਡਾ ਦੌਰ ਸੀ ਨਾ ਸਾਡੇ, ਜਦੋਂ ਖਾੜਕੂਵਾਦ ਵਧਿਆ ਅਤੇ ਉਹਦੇ ਵਿੱਚ ਤਿੰਨ ਵਾਰ ਮੈਂ ਮਰਦਾ ਮਰਦਾ ਬਚਿਆ, ਮਾਰਨ ਵਾਸਤੇ ਵੀ ਮੈਨੂੰ ਆਏ, ਚਲੋ ਖੈਰ ਉਹ ਲੰਮੀਆਂ ਚੱਕਰਾਂ 'ਚ ਨਹੀਂ ਗਾ ਮੈਂ ਪੈਂਦਾ,
ਇੱਕ ਵਾਰ ਆਪਣੀ ਘਰ ਵਾਲੀ ਦੀ ਸਿਫਤ ਚ ਗੱਲ ਕਰ ਦਿੰਦਾ ਕਿ ਇੱਕ ਵਾਰ 12 ਵਜੇ ਸਾਡੇ ਘਰ ਕੰਧਾਂ ਟੱਪ ਕੇ ਦਗੜ ਦਗੜ ਦੀ ਆਵਾਜ਼ ਆਈ ਤੇ ਅਸੀਂ ਸਮਝਿਆ ਵੀ ਉਹ ਜਿਹੜੇ ਖਾੜਕੂ ਸਿੱਖ ਨੇ ਉਹ ਮਾਰਨ ਵਾਸਤੇ ਆ ਗਏ ਆ ਤੇ ਬੂਹਾ ਖੋਲਣਾ ਸੀਗਾ ਤੇ ਮੈਂ ਬੂਹਾ ਖੋਲਣ ਵਾਸਤੇ ਅੱਗੇ ਹੋਇਆ ਤੇ ਮੇਰੀ ਘਰ ਵਾਲੀ ਮੇਰੇ ਅੱਗੇ ਹੋ ਗਈ ਤੇ ਕਹਿੰਦੀ ਮੈਂ ਬੂਹਾ ਨਹੀਂ ਖੋਲਣ ਦੇਣਾ। ਬੂਹਾ ਨੇ ਆਪ ਖੋਲਿਆ ਤੇ ਸਾਹਮਣੇ ਅੱਗੇ ਸਿੱਧੀ ਸਟੇਨ ਲੈ ਕੇ ਤੇ ਖੜੋਤਾ ਐ ਕਰਕੇ ਬੰਦਾ, ਮਤਲਬ ਇਹ ਆ ਵੀ ਗੋਲੀ ਦੇ ਅੱਗੇ ਛਾਤੀ ਮੇਰੀ ਘਰ ਵਾਲੀ ਨੇ ਕੀਤੀ ਸੀਗੀ, ਜੇ ਮਾਰਨਾ ਹੁੰਦਾ ਤੇ ਮਾਰਨਾ ਸੀਗਾ। ਮੈਨੂੰ ਬਣਾਉਣ ਵਿੱਚ ਇਹਦਾ ਵੀ ਬੜਾ ਹਿੱਸਾ ਹੈਗਾ। ਹਾਂਜੀ, ਤੇ ਇਹ ਕਹਿੰਦੀ ਹੁੰਦੀ ਆ, ਕਹਿੰਦੀ ਹੁੰਦੀ ਆ ਕਿ ਠੀਕ ਹੈ ਤੇਰੇ ਨਾਲ ਵਿਆਹ ਕਰਾ ਕੇ ਮਾਨ ਸਨਮਾਨ ਵੀ ਬੜਾ ਮਿਲਿਆ ਪਰ ਤੂੰ ਮੈਨੂੰ ਦੁੱਖ ਵੀ ਬੜੇ ਦਿੱਤਿਆ, ਕਿਉਂਕਿ ਪਤਾ ਨਹੀਂ ਸੀ ਲੱਗਦਾ ਹੁੰਦਾ ਮਹੀਨਾ ਮਹੀਨਾ ਤੇਰੇ ਪੁਲਿਸ ਫੜ ਕੇ ਲੈ ਜਾਂਦੀ ਸੀ ਇੰਟਰੋਗੇਸ਼ਨ ਸੈਂਟਰਾਂ ਵਿੱਚ ਤੇ ਮੈਨੂੰ ਪਤਾ ਨਹੀਂ ਵੀ ਤੂੰ ਜਿਉਂਦਾ ਵੀ ਆ ਕਿ ਮਰਿਆ ਵੀ ਆ ਕਿ ਨਹੀਂ ਹੈਗਾ। ਇਹਨੇ ਵੀ ਦੁੱਖ ਦੇਖੇ ਹੋਏ ਨੇ ਤੇ ਮੈਂ ਗੱਲ ਕਰਦਾ ਵੀ ਉਹ 84 ਦਾ ਜਿਹੜਾ ਦੌਰ ਸੀ ਕਿ ਉਸ ਦੌਰ ਦੇ ਵਿੱਚ ਐਜੂਕੇਸ਼ਨ ਦਾ ਪੱਠਾ ਬਹਿ ਗਿਆ, ਐਜੂਕੇਸ਼ਨ ਦਾ ਪੱਠਾ ਬੈਠਾ ਇਸ ਅੰਦਾਜ਼ ਵਿੱਚ ਵੀ ਨਾ ਮੁੰਡੇ ਪੜ੍ਹਦੇ ਸੀ ਨਾ ਕੋਈ ਮਾਸਟਰ ਪੜ੍ਹਦੇ ਪੜ੍ਹਾਉਂਦਾ ਸੀਗਾ ਤੇ ਮੈਂ ਉਦੋਂ ਵੀ ਕਲਾਸਾਂ ਲਾਉਂਦਾ, ਮੈਂ ਸਕੂਲ 'ਚ ਪੜ੍ਹਾਉਂਦਾ ਸੀਗਾ। ਤੇ ਇੱਕ ਦਿਨ ਮੈਂ ਰਜਿਸਟਰ ਫੜ ਕੇ ਤੇ ਕਲਾਸ ਲਾਉਣ ਜਾ ਰਿਹਾ ਤੇ ਮੇਰਾ ਇੱਕ ਸਾਥੀ ਕਹਿੰਦਾ ਵਰਿਆਮ ਸਿਆ ਤੂੰ ਕਮਲਾ ਹੋ ਗਿਆ ਲੱਗਦਾ। ਉਹ ਕਮਲਿਆ ਉਹ ਜਿਸ ਤਰ੍ਹਾਂ ਦੇ ਦੇਸ਼ ਦੇ ਹਾਲਾਤ ਨੇ ਨਾ, ਇਹ ਦੇਸ਼ ਦੀ ਬੇੜੀ 'ਚ ਇੰਨੇ ਛੇਕ ਹੋ ਚੁੱਕੇ ਨੇ, ਇਸ ਬੇੜੀ ਨੇ ਪਾਰ ਨਹੀਂ ਲੱਗਣਾ, ਇਹਨੇ ਡੁੱਬਣਾ ਹੀ ਡੁੱਬਣਾ, ਇਹਨੇ ਕੰਢੇ ਨਹੀਂ ਗਾ ਲੱਗਣਾ। ਤੇ ਕਿਉਂਕਿ ਇਹਨੇ ਕੰਢੇ ਨਹੀਂ ਲੱਗਣਾ ਇਸ ਕਰਕੇ ਆਪਣਾ ਫਰਜ਼ ਬਣਨਾ ਕਿ ਆਪਾਂ ਵੀ ਆਪਣੇ ਸਿਰ ਪੱਥਰੇ ਦੇ ਵਿੱਚ ਸੁੱਟੀਏ ਤਾਂ ਕਿ ਛੇਤੀ ਡੁੱਬਣ ਵਾਲੀ ਬਣੇ। ਤੇ ਮੈਂ ਉਹਨੂੰ ਕਿਹਾ ਸੀਗਾ ਚੰਨਣ ਸਿਆ ਇਸ ਬੇੜੀ ਨੇ ਡੁੱਬ ਜਾਣਾ ਹੋਵੇ ਲੱਖ, ਇਸ ਬੇੜੀ ਵਿੱਚ ਲੱਖ ਛੇਕ ਹੋਣ, ਇਸ ਬੇੜੀ ਵਿੱਚ ਲੱਖ ਪਾਣੀ ਭਰ ਗਿਆ ਹੋਵੇ, ਪਰ ਮੈਂ ਇਹਦੇ ਵਿੱਚ ਆਪਣੇ ਹਿੱਸੇ ਦਾ ਪੱਥਰ ਨਹੀਂ ਸੁੱਟਾਂਗਾ, ਸਗੋਂ ਆਪਣੇ ਨਿੱਕੇ ਨਿੱਕੇ ਬੁੱਕਾਂ ਦੇ ਨਾਲ ਜਿੰਨੀ ਮੇਰੇ ਵਿੱਚ ਤਾਣ ਹੈ ਜਿੰਨੀ ਮੇਰੇ ਵਿੱਚ ਸਮਰੱਥਾ ਮੈਂ ਬੇੜੀ ਦਾ ਪਾਣੀ ਬਾਹਰ ਸੁੱਟਣ ਦੀ ਕੋਸ਼ਿਸ਼ ਕਰਦਾ ਰਹਾਂਗਾ। ਤੋ ਮੈਂ ਆਪਣੀ ਜ਼ਿੰਦਗੀ ਵਿੱਚ ਸਦਾ ਇਸ ਤਰ੍ਹਾਂ ਕੀਤਾ ਹੈ ਕਿ ਬੇੜੀ ਮੈਨੂੰ ਵੀ ਪਤਾ ਡੁੱਬ ਰਹੀ ਆ ਤੇ ਛੇਕ ਮੈਨੂੰ ਵੀ ਪਤਾ ਕਿ ਅੱਗੇ ਨਾਲੋਂ ਹੋਰ ਵੀ ਜ਼ਿਆਦਾ ਹੋ ਰਹੇ ਨੇ, ਪਰ ਮੇਰੀਆਂ ਲਿਖਤਾਂ ਮੇਰੇ ਬੋਲ ਮੇਰੇ ਬਚਨ ਭਰੇ ਹੋਏ ਪਾਣੀ ਦੇ ਜਿਹੜੇ ਬੁੱਕ ਨੇ ਉਹਨਾਂ ਦੇ ਨਾਲ ਮੈਂ ਉਹਨਾਂ ਨੂੰ ਪਾਣੀ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਪਿਆ ਔਰ ਮੈਂ ਕਰਦਾ ਰਹਾਂਗਾ, ਮਰਨ ਤੱਕ ਕਰਦਾ ਰਹਾਂਗਾ ਔਰ ਚਾਹਾਂਗਾ ਕਿ ਮੇਰੀਆਂ ਮੈਂ ਮਰ ਜਾਵਾਂ ਪਰ ਮੇਰੇ ਮਰਨ ਤੋਂ ਬਾਅਦ ਮੇਰੀਆਂ ਲਿਖਤਾਂ ਜਿਉਂਦੀਆਂ ਰਹਿਣ, ਕਿਉਂਕਿ ਮੈਂ ਉਹਦੇ ਵਿੱਚ ਲੜਨ ਵਾਲੇ ਬੰਦਿਆਂ ਦੀ ਸੰਘਰਸ਼ ਕਰਨ ਵਾਲੇ ਬੰਦਿਆਂ ਦੀ ਬਾਤ ਪਾਈ ਆ ਜਿਹੜੇ ਦੁੱਖ ਤੋਂ ਪਾਰ ਜਾ ਸਕਣ। ਕਿਉਂਕਿ ਮੈਂ ਮੇਰਾ ਜਿਵੇਂ ਦੱਸਿਆ ਕਿ ਮੈਂ ਮੇਰਾ ਸੁਣਿਆ ਉਸ ਤਰ੍ਹਾਂ ਜਿਵੇਂ ਸਾਡੇ ਇੱਕ ਸ਼ਾਇਰ ਕਰਤਾਰ ਸਿੰਘ ਬਲੱਗਣ ਨੇ ਇਹ ਲਿਖਿਆ ਸੀ, ਬਾਬਾ ਜੀ ਸਾਡੇ ਬਲੱਗਣ ਸਾਹਿਬ ਦਾ ਸ਼ੇਰ ਸੁਣੋ, ਹੈ ਰਵਾਇਤ ਕੇ ਇੱਕ ਦਿਨ ਵੰਡਦੀ ਸੀ ਲਾਲਾ ਖਰਾਇਤ, ਹੈ ਰਵਾਇਤ ਕੇ ਇੱਕ ਦਿਨ ਵੰਡਦੀ ਸੀ ਲਾਲਾ ਖਰਾਇਤ, ਮੰਗਤਿਆਂ ਵਿੱਚ ਆਣ ਕੇ ਮਜਰੂ ਵੀ ਸ਼ਾਮਿਲ ਹੋ ਗਿਆ, ਹੋਰਨਾਂ ਨੂੰ ਦਿੰਦੀ ਦਾਨ ਪਹੁੰਚੀ ਜਾਂ ਮਜਰੂ ਦੇ ਕੋਲ, ਮਾਰ ਕੇ ਲੈਲਾ ਨੇ ਹੱਥ ਉਸਦਾ ਪਿਆਲਾ ਤੋੜਿਆ, ਨੱਚਿਆ ਮਜਨੂੰ ਖੁਸ਼ੀ ਦੇ ਨਾਲ ਮਾਘੇ ਮਾਰ ਕੇ ਤੇ ਕਿਹਾ ਲੋਕਾਂ ਮੂਰਖਾ ਕੀ ਅਰਥ ਨੱਚਣ ਗਾਉਣ ਦਾ, ਦਿਲਾਂ ਦੇ ਪਿਆਲਾ ਤੋੜਤਾ।
ਨੱਚਿਆ ਮਜਰੂ ਖੁਸ਼ੀ ਦੇ ਨਾਲ ਮਾਗੇ ਮਾਰ ਕੇ ਕਿਹਾ ਲੋਕਾਂ ਮੂਰਖਾ ਕੀ ਅਰਥ ਨੱਚਣ ਗਾਉਣ ਦਾ। ਬੋਲਿਆ ਮਜਨੂ ਖੁਸ਼ੀ ਹੈ ਮੈਨੂੰ ਦੋਸਤੋ ਤੇ ਅਜੇ ਵੀ ਮਹਿਬੂਬ ਮੇਰਾ ਮੈਨੂੰ ਹੈ ਪਹਿਚਾਣਦਾ। ਹੋਰਨਾਂ ਨੂੰ ਦੇ ਕੇ ਦਾਨ ਤੇ ਮੇਰਾ ਪਿਆਲਾ ਤੋੜ ਕੇ ਹੋਰਨਾਂ ਨੂੰ ਦੇ ਕੇ ਦਾਨ ਤੇ ਮੇਰਾ ਪਿਆਲਾ ਤੋੜ ਕੇ ਵਿਤਕਰੇ ਦਾ ਉਸਨੇ ਸਾਡੇ ਚ ਪਰਦਾ ਤਾਣਿਆ ਮੇਰਾ ਰੁਤਬਾ ਵੱਖ ਰੱਖਿਆ ਮੇਰੇ ਮਹਿਬੂਬ ਨੇ ਮੈਨੂੰ ਦੂਜੇ ਮੰਗਤਿਆਂ ਜਾ ਨਹੀਂ ਸੁਝਾ। ਤੋ ਮੈਂ ਤਾਂ ਜ਼ਿੰਦਗੀ ਨੂੰ ਇਸ ਤਰ੍ਹਾਂ ਦੇਖਦਾ ਆਪਣੀ ਵੱਲੋਂ ਮੈਂ ਕਿਹਾ ਸੀ ਕਿ ਮੇਰੀ ਆਖਰੀ ਗੱਲ, ਪਰ ਮੈਨੂੰ ਇੱਕ ਹੋਰ ਆਖਰੀ ਗੱਲ ਚੇਤੇ ਆ ਗਈ। ਉਹ ਆਖਰੀ ਗੱਲ ਇਹ ਆ ਕਿ ਅਸੀਂ ਘਰ ਦੀ ਜ਼ਮੀਨ ਮੇਰੀ ਮਾਂ ਨੇ ਭੈਣਾਂ ਨੇ ਸਾਡੇ ਨਾਂ ਭਰਾਵਾਂ ਦੇ ਕਰਾਉਣੀ ਸੀਗੀ ਤੇ ਉਹ ਰਿਸ਼ਤੀ ਵਗੈਰਾ ਕਰਾ ਲਈ ਤੇ ਤਹਿਸੀਲਦਾਰ ਦੇ ਕੋਲ ਅਸੀਂ ਜਾਣਾ ਸੀਗਾ ਦਸਤਖਤ ਕਰਾਉਣ ਦੇ ਵਾਸਤੇ। ਤੇ ਜਦੋਂ ਗਏ ਤੇ ਤਹਿਸੀਲਦਾਰ ਜੇ ਬੈਠਾ ਵੀ ਸੀ, ਜਿਹੜਾ ਰੀਡਰ ਸੀ ਨਾ ਸੁਕੀਰਤ ਜੀ, ਉਹ ਜਾਣੂ ਸੀਗਾ ਇਲਾਕੇ ਦਾ। ਮੈਂ ਕਿਉਂਕਿ ਰਾਈਟਰ ਸੀ, ਹੋਰ ਵੀ ਪੋਲੀਟੀਕਲ ਸਰਗਰਮੀਆਂ ਮੇਰੀਆਂ ਸੀਗੀਆਂ। ਬੱਲੇ 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 ਭਾਅ ਜੀ ਆ ਗਏ, ਸੰਧੂ ਸਾਹਿਬ ਆ ਗਏ, ਕਮਾਲ ਹੋ ਗਈ ਆ ਜੀ ਆਇਆ ਨੂੰ। ਲਿਆਓ ਬੜਾ ਚਾਹ ਲਿਆ ਤੂੰ ਹੈ। ਉਹ ਮੇਰੇ ਨਾਲ ਨੰਬਰਦਾਰ ਨੇ ਕਿਹਾ ਵੀ ਇਸ ਕੰਮ ਆਏ ਆ, ਘੁੱਗੀ ਬਣਵਾਉਣੀ ਸੀ ਤਹਿਸੀਲਦਾਰ ਤੋਂ। ਗੱਲ ਹੀ ਕੋਈ ਨਹੀਂ, ਹੁਣ ਤਹਿਸੀਲਦਾਰ ਸਾਹਿਬ ਆਉਂਦੇ ਨੇ, ਗਏ ਸੀ ਕੁਝ ਆਉਂਦੇ ਆ ਤੇ ਘੁੱਗੀ ਬਣਵਾ ਦਿੰਦੇ, ਮਸਲਾ ਹੀ ਕੋਈ ਨਹੀਂ। ਤੇ ਨੰਬਰਦਾਰ ਮੈਨੂੰ ਕਹਿੰਦਾ ਜੀ ਜਿੰਨੀ ਕੁ ਫੀਸ ਕੋਈ, ਉਹਨੇ ਮੈਨੂੰ ਆਖੀ ਕਿ ਇਹਨਾਂ ਨੂੰ ਦਿਓ ਪੈਸੇ। ਮੈਂ ਉਹਨੇ ਪੈਸੇ ਫੜਾ ਦਿੱਤੇ ਤੇ ਉਹ ਬੰਦਾ ਜਿਹੜਾ ਬੜਾ ਮਾਣ ਦੇ ਨਾਲ ਮੈਨੂੰ ਮਿਲਿਆ ਸੀ ਨਾ, ਉਹ ਮੇਰੇ ਅੱਗੋਂ ਕਹਿੰਦਾ ਓਹੋ ਸੰਧੂ ਸਾਹਿਬ ਦੂਜੀ ਵਾਰ ਰਖਵਾਉਣ ਦੀ ਗੱਲ ਕਰ ਹੀ ਲਈ ਨਾ। ਮਤਲਬ ਉਹਦਾ ਇਹ ਸੀਗਾ ਵੀ ਲੋੜ ਜੋਗੇ ਪੈਸੇ ਨਹੀਂ ਦਿੱਤੇ ਜਿੰਨੇ ਚਾਹੀਦੇ ਸੀਗੇ। ਤੇ ਨੰਬਰਦਾਰ ਮੈਨੂੰ ਕਹਿੰਦਾ ਜੀ 200 ਰੁਪਈਆ ਹੋਰ ਦੇ ਦਿਓ। ਮੈਂ 200 ਕੱਢਿਆ, ਰਜ਼ਾ ਸਾਹਿਬ ਮੈਂ 200 ਫੜਾ ਦਿੱਤਾ। ਫਿਰ 200 ਫੜਾ ਦਿੱਤਾ ਤੇ ਤਸੱਲੀ ਹੋ ਗਈ ਤੇ ਫਿਰ ਗੱਲਾਂ ਬਾਤਾਂ ਦੁਨੀਆਦਾਰੀ ਦੀਆਂ ਚੱਲ ਪਈਆਂ। ਤੇ ਦੁਨੀਆਦਾਰੀ ਦੀਆਂ ਗੱਲਾਂ ਕਰਦਾ ਕਰਦਾ ਉਹ ਕਹਿੰਦਾ ਮੈਂ ਨਾ ਸੰਧੂ ਸਾਹਿਬ ਕਲਜੁਗੀ ਆ ਗਿਆ। ਮੈਂ ਕਿਹਾ ਜਿੱਥੇ ਜਾਓ ਪੈਸੇ ਤੋਂ ਬਿਨਾਂ ਗੱਲ ਹੀ ਕੋਈ ਨਹੀਂ ਕਰਦਾ। ਉਹਨੂੰ ਭੁੱਲ ਹੀ ਗਿਆ, ਉਹਨੂੰ ਭੁੱਲ ਹੀ ਗਿਆ ਕਿ ਮੈਂ ਤੁਹਾਡੇ ਪੈਸੇ ਲੈ ਗਏ। ਮੈਂ ਸੰਧੂ ਸਾਹਿਬ ਬੇੜਾ ਹੀ ਗੱਲ ਘੁੱਟ ਕੇ ਆ ਗਿਆ ਮੁਲਕ ਦਾ, ਜਿੱਥੇ ਤੋਂ ਪੈਸੇ ਤੋਂ ਬਿਨਾਂ ਗੱਲ ਹੀ ਕੋਈ ਨਹੀਂ ਕਰਦਾ। ਤੇ ਮੈਂ ਇਹਨੂੰ ਪੋਜ਼ਿਟਿਵ ਲੈਂਦਾ, ਮੈਂ ਪੋਜ਼ਿਟਿਵ ਇਹਨੂੰ ਇਸ ਤਰੀਕੇ ਨਾਲ ਲੈਂਦਾ ਹੈ, ਮੈਂ ਉਹਨੂੰ ਇਸ ਤਰੀਕੇ ਨਾਲ ਲੈਂਦਾ ਹਾਂ ਕਿ ਭਾਵੇਂ ਉਹ ਬੰਦਾ ਭ੍ਰਿਸ਼ਟ ਆ, ਭਾਵੇਂ ਉਹ ਬੰਦਾ ਵੱਡੀ ਲੈ ਰਿਹਾ ਆ, ਪਰ ਉਹਦੇ ਤੋਰ ਅੰਦਰ ਕਿਤੇ ਨਾ ਕਿਤੇ ਪਿਆ ਵੀ ਇਹ ਬੇੜਾ ਗਰਕ ਕਰਨ ਵਾਲੀ ਗੱਲ ਆ। ਇਹ ਮਾੜੀ ਗੱਲ ਹੈ, ਚੰਗੀ ਗੱਲ ਨਹੀਂ ਹੈਗੀ। ਤੇ ਮੈਂ ਕਹਿੰਦਾ ਉਹਦੇ ਅੰਦਰ ਵੀ ਕਿਤੇ ਨਾ ਕਿਤੇ ਚੰਗਿਆਈ ਦੀ ਇੱਕ ਚੰਗਿਆੜੀ ਪਈ ਹੋਈ ਆ, ਉਹਦੇ ਉੱਤੇ ਜਿਹੜੀ ਸਵਾਹ ਪਈ ਹੋਈ ਆ ਨਾ, ਉਹ ਸਵਾਹ ਨੂੰ ਹੂਜ ਕੇ ਪਾਸੇ ਕਰ ਦਈਏ ਤੇ ਸ਼ਾਇਦ ਉਹਦੇ ਅੰਦਰੋਂ ਵੀ ਚੰਗਾ ਬੰਦਾ ਜਾਗ ਪਵੇ। ਤਾਂ ਮੇਰੀਆਂ ਲਿਖਤਾਂ ਉਹ ਜਿਹੜੀ ਜੰਮੀ ਹੋਈ ਚੰਗਿਆੜੀ ਦੇ ਉੱਤੇ ਜਿਹੜੀ ਜੰਮੀ ਹੋਈ ਇਹ ਸਵਾਹ ਆ, ਉਹਨੂੰ ਪਾਸੇ ਕਰਨ ਦੀ ਕੋਸ਼ਿਸ਼ ਨੇ। ਤੇ ਕੱਲ ਮੈਂ ਇੱਕ ਸ਼ੇਰ ਕਿਹਾ ਸੀ ਅਖੀਰ ਦੇ ਉੱਤੇ ਵੀ ਮੇਰੀਆਂ ਲਿਖਤਾਂ ਬਿਲਕੁਲ ਇਸ ਤਰ੍ਹਾਂ ਹੀ ਆ ਕਿ ਹਮ ਫਕੀਰੋਂ ਸੇ ਜੋ ਚਾਹੇ ਦੁਆ ਲੈ ਜਾਏ, ਫਿਰ ਖੁਦਾ ਜਾਣੇ ਕਹਾ ਹਮਕੋ ਹਵਾ ਲੈ ਜਾਏ, ਹਮ ਤੋ ਸਰੇ ਰਾਹ ਲੀਏ ਬੈਠੇ ਚੰਗਾਰੀ, ਜਿਸ ਕਾ ਜੀ ਚਾਹੇ ਚਰਾਗੋ ਕੋ ਜਲਾ ਲੈ ਜਾਏ।